ਨਮਸਤੇ ਤੇ ਸਤਿ ਸ਼੍ਰੀ ਅਕਾਲ। ਡੇਲੀ ਡੋਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੰਜੀਵਤਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਤੁਸੀਂ ਸਾਰੇ ਠੀਕ ਹੋ? ਮੈਨੂੰ ਪਤਾ ਅੱਜ ਥੋੜ੍ਹਾ ਜਿਹਾ ਤੁਸੀਂ ਅਚੰਬਿਤ ਜ਼ਰੂਰ ਹੋ ਰਹੇ ਹੋ ਕਿ ਬਈ ਅੱਗੇ ਤਾਂ ਬੰਦਾ ਕੋਈ ਹੋਰ ਆਉਂਦਾ ਹੁੰਦਾ ਸੀ, ਕੋਈ ਹੋਰ ਐਂਕਰ ਕਰਦਾ ਹੁੰਦਾ ਸੀ। ਇਹ ਇੰਨਾ ਸਮਾਰਟ ਹੈਂਡਸਮ ਮੁੰਡਾ ਆ ਕਿੱਥੋਂ ਗਿਆ? ਇਹਨੂੰ ਵਢਣ ਕਿਹਨੇ ਦਿੱਤਾ? ਬਸ ਜੀ, ਆਪ ਹੀ ਆ ਗਏ। ਕੁਝ ਅੱਜ ਖਾਸ ਦਿਨ ਹੈ, ਖਾਸ ਦਿਨ। ਪਹਿਲੀ ਗੱਲ ਤਾਂ ਤੁਹਾਨੂੰ ਪਤਾ, ਇੱਕ ਤਾਂ ਵੈਲੇਂਟਾਈਨ ਡੇ ਵੀਕ ਚੱਲ ਰਿਹਾ ਔਰ ਉਹਦੇ ਨਾਲ ਨਾਲ ਜਿਹੜਾ ਤੁਹਾਡਾ ਪਿਆਰ ਸਾਡੇ ਡੇਲੀ ਡੋਜ਼ ਪ੍ਰੋਗਰਾਮ ਦੇ ਨਾਲ ਪਿਆ ਹੋਇਆ ਨਾ, ਆਹ ਹਾ ਹਾ, ਮਤਲਬ ਕਿ ਤੁਸੀਂ ਇੱਕ ਪਰਿਵਾਰ 'ਤੇ ਮਹਿਸੂਸ ਹੁੰਦਾ ਕਿ ਜਿਹੜੀ ਯਾਰੀ ਹੈ ਨਾ ਉਹ ਬੜੀ ਸਟਰੋਂਗ ਲੱਗਦੀ ਹੈ ਮੈਨੂੰ। ਕਿਉਂਕਿ ਸਾਡੇ ਬੜੇ ਸਾਰੇ ਕਾਲਰਸ ਨੇ ਇੱਦਾਂ ਦੇ ਜਿਹੜੇ ਰੈਗੂਲਰ ਫੋਨ ਕਰਦੇ ਨੇ, ਮਤਲਬ ਉਹਨਾਂ ਨੇ ਡੇਲੀ ਡੋਜ਼ ਦੇਖਣਾ ਦੇਖਣਾ। ਉਹ ਜਿਹੜੀ ਯਾਰੀ ਦੀ ਮਿਸਾਲ ਤੁਸੀਂ ਦਿੰਦੇ ਹੋ ਨਾ, ਉਹਦਾ ਮਤਲਬ ਤੁਸੀਂ ਐਂਡ ਕਰਾਇਆ ਪਿਆ। ਅਤੇ ਇੱਦਾਂ ਦੀ ਹੀ ਇੱਕ ਯਾਰੀ ਭਰੀ ਮਿਸਾਲ ਦੇਣ ਵਾਸਤੇ ਬੜੀ ਕਮਾਲ ਦੀ ਫਿਲਮ ਆ ਰਹੀ ਹੈ ਜੀ, ਔਰ ਉਹਨਾਂ ਨੇ ਵੀ ਮਤਲਬ ਉਹ 'ਚ ਐਂਡ ਕਰਾਇਆ ਪਿਆ, ਜਿਹਨੂੰ ਅਸੀਂ ਕਹਿ ਸਕਦੇ ਹਾਂ ਹਾਈ ਐਂਡ ਯਾਰੀਆਂ। ਆਹਾ, ਟਾਈਟਲ ਹੀ ਬੜਾ ਸੋਹਣਾ ਜੀ, ਮੇਰਾ ਮਤਲਬ ਦਿਲ ਦੇ ਬੜਾ ਕਰੀਬ ਮੇਰੇ ਐਂ ਵੱਜਿਆ। ਮੈਨੂੰ ਆਪਣੇ ਸਾਰੇ ਯਾਰ ਦੋਸਤ ਯਾਦ ਆ ਗਏ ਜਦੋਂ ਮੈਂ ਟ੍ਰੇਲਰ ਦੇਖਿਆ, ਔਰ ਉਸ ਫਿਲਮ ਦੇ ਵਿੱਚ ਜਿਹੜੇ ਤਿੰਨ ਕਲਾਕਾਰ, ਤਿੰਨ ਹੀਰੋ ਨੇ, ਤਿੰਨੋਂ ਹੀ ਕਮਾਲ ਦੇ ਨੇ। ਅਤੇ ਅੱਜ ਉਹਨਾਂ ਦੇ ਵਿੱਚੋਂ ਜਿਹੜੇ ਸਾਡੇ ਕੋਲ ਪਹੁੰਚੇ ਨੇ, ਸਾਡੇ ਸ਼ੋਅ ਦੇ ਵਿੱਚ ਪਹੁੰਚੇ ਨੇ, ਡੇਲੀ ਡੋਜ਼ ਦੇ ਵਿੱਚ ਪਹੁੰਚੇ ਨੇ, ਹੈਂਡਸਮ, ਜਿਨ੍ਹਾਂ ਨੂੰ ਤੁਸੀਂ ਦਿਲੋਂ ਪਿਆਰ ਕਰਦੇ ਹੋ, ਜਿਨ੍ਹਾਂ ਦੇ ਗਾਣੇ 'ਤੇ ਤੁਸੀਂ ਨੱਚਦੇ ਹੋ, ਜਿਨ੍ਹਾਂ ਦੀ ਐਕਟਿੰਗ 'ਤੇ ਤੁਸੀਂ ਵਾਹ ਵਾਹ ਕਰਦੇ ਹੋ, ਮੋਸਟ ਟੈਲੈਂਟਡ, ਮੋਸਟ ਹੈਂਡਸਮ ਜੱਸੀ ਗੱਲ ਭਾਜੀ। ਥੈਂਕ ਯੂ ਵੀਰੇ, ਸਤਿ ਸ਼੍ਰੀ ਅਕਾਲ ਜੀ ਭਾਈ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਡੇਲੀ ਡੋਜ਼ ਦੇ ਵਿੱਚ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਤੇ ਸਭ ਤੋਂ ਪਹਿਲਾਂ ਭਾਜੀ ਇੱਕ ਆਮ ਸਵਾਲ। ਹਾਂਜੀ, ਆਹ 'ਚ ਕੋਈ ਤਕਲੀਫ ਤਾਂ ਨਹੀਂ ਹੋਈ ਤੁਹਾਨੂੰ? ਨਹੀਂ, ਕੋਈ ਤਕਲੀਫ ਨਹੀਂ। ਇੱਕ ਸ਼ੋਅ 'ਚ ਹੁੰਦਾ ਨਾ ਕਿ ਭਾਈ ਆਇਓ ਸਰ, ਆਪਕੋ ਆਨੇ ਮੇਂ ਕੋਈ ਤਕਲੀਫ ਨਹੀਂ? ਮੈਂ ਕਿਹਾ ਪਹਿਲੇ ਉੱਦਾਂ ਆਮ 'ਚ ਸ਼ੁਰੂਆਤ ਕਰ ਲਈਏ ਨਾ। ਨਹੀਂ ਨਹੀਂ, ਕੋਈ ਤਕਲੀਫ ਨਹੀਂ ਹੋਈ, ਬਟ ਹਾਂ ਅੱਜ ਮੈਂ ਸਵੇਰੇ ਬਹੁਤ ਲੇਟ ਆਇਆ ਸੀਗਾ ਘਰੇ। ਮੈਂ 4-5 ਵਜੇ ਘਰੇ ਆਇਆ ਸੀ ਤੇ ਮੈਨੂੰ 8 ਵਜੇ ਉੱਠਣਾ ਪੈ ਗਿਆ, ਸੋ ਮੇਰੀ ਨੀਂਦ ਨਹੀਂ ਪੂਰੀ ਹੋਈ, ਤਾਂ ਕਰਕੇ ਥੋੜਾ ਸੁਸਤ ਸੀ। ਮੈਂ ਤੁਹਾਡੀ ਇਸ ਗੱਲ ਨਾਲ ਸੌਰੀ ਸਹਿਮਤ ਨਹੀਂ। ਜਿੰਨੀ ਕੁ એનર્ਜੀ ਇਸ ਟਾਈਮ ਮੈਂ ਤੁਹਾਡੇ ਚਿਹਰੇ ਤੇ ਦੇਖ ਰਿਹਾ ਔਰ ਜਿੰਨਾ ਕੁ ਇਸ ਤਰ੍ਹਾਂ ਤੁਸੀਂ એનર્ਜੀ ਨਾਲ ਬੈਠੇ ਹੋ, ਤੇ ਲੱਗ ਹੀ ਨਹੀਂ ਰਿਹਾ ਕਿ ਤੁਹਾਡੀ ਨੀਂਦ ਨਹੀਂ ਪੂਰੀ ਹੋਈ। ਮੈਨੂੰ ਲੱਗਦਾ ਕਿ ਤੁਸੀਂ ਜਿਹੜੀ ਆਪਣੀ ਨੀਂਦ ਹੈ ਨਾ ਭਾਜੀ, ਉਹ ਤੁਸੀਂ ਕੰਮ ਦੇ ਨਾਲ ਕੱਢ ਲੈਂਦੇ ਹੋ। ਹਾਂਜੀ, ਜਿਹੜੀ ਤੁਸੀਂ ਕੰਮ ਦੇ ਵਿੱਚ ਦਿਖਾਤਾ ਨਾ ਲੋਕਾਂ ਨੂੰ ਭਾਈ, ਸੀਰੀਅਸਲੀ ਤੁਹਾਡਾ ਹਰ ਇੱਕ ਗਾਣਾ ਹਿੱਟ, ਬੱਚੇ ਤੋਂ ਲੈ ਕੇ ਬਜ਼ੁਰਗ ਵਰਗ ਤੱਕ ਹਰ ਕੋਈ ਤੁਹਾਨੂੰ ਪਸੰਦ ਕਰਦਾ, ਤੁਹਾਡੇ ਗਾਣਿਆਂ 'ਤੇ ਨੱਚਣਾ ਪਸੰਦ ਕਰਦਾ। ਉਹ ਤੁਸੀਂ ਮਤਲਬ ਜਿਹੜੀਆਂ ਨੀਂਦਾਂ ਡਾਈਆਂ ਭਾਜੀ, ਇਹਦਾ ਹਿਸਾਬ ਕਿੱਦਾਂ ਦਿਓਗੇ ਤੁਸੀਂ ਮੈਨੂੰ? ਇਹ ਨਹੀਂ, ਨਹੀਂ, ਥੈਂਕ ਯੂ ਸੋ ਮਚ ਜੀ। ਮੈਨੂੰ ਚੰਗਾ ਲੱਗਦਾ ਜਦੋਂ ਤੁਹਾਨੂੰ, ਕਿਉਂਕਿ ਮੈਂ ਤਾਂ ਇਹ ਵੀ ਨਹੀਂ ਸੋਚਿਆ ਸੀਗਾ ਮੈਨੂੰ ਮੇਰੇ ਪਿੰਡ ਤੋਂ ਬਾਹਰ ਕੋਈ ਜਾਣਦਾ ਹੋਊਗਾ ਜਦੋਂ ਮੈਂ ਸਕੂਲ ਜਾਂ ਕਾਲਜ 'ਚ ਸੀਗਾ। ਪਰ ਬੜਿਆ ਖੁਸ਼ਕਿਸਮਤ ਸਮਝਦਾ, ਆਪਣੇ ਆਪ ਨੂੰ ਬਲੈਸ ਸਮਝਦਾ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਲੋਕ ਮੇਰੇ ਨਾਂ ਨਾਲ ਜਾਣਦੇ ਆ, ਮੈਨੂੰ ਮੇਰੇ ਕੰਮ ਕਰਕੇ ਮੈਨੂੰ ਪਿਆਰ ਕਰਦੇ ਆ। ਸੋ ਇਹ ਤੋਂ ਚੰਗੀ ਚੀਜ਼ ਨਹੀਂ ਕੋਈ ਹੋ ਸਕਦੀ। ਮੈਨੂੰ ਲੱਗਦਾ ਕਿ ਜੌਬ ਜਿਹੜੀ ਦਿੱਤੀ ਹੈ ਬਾਬਾ ਜੀ ਨੇ, ਮੈਂ ਬਹੁਤ ਬਹੁਤ ਬਲੈਸਡ ਹਾਂ। ਕੀ ਬਾਤ ਹੈ ਭਾਜੀ, ਔਰ ਅਸੀਂ ਸਾਰੇ ਬਲੈਸਡ ਇਸ ਕਰਕੇ ਕਿ ਸਾਨੂੰ ਇੰਨੇ ਵਧੀਆ ਵਧੀਆ ਸੁਰੀਲੀ ਆਵਾਜ਼ ਸੁਣਨ ਨੂੰ ਮਿਲਦੀ ਹੈ ਔਰ ਇਹਨਾਂ ਨਾਲ ਅਸੀਂ ਇਹਨਾਂ ਦੇ ਗਾਣਿਆਂ 'ਤੇ ਨੱਚਦੇ ਹਾਂ, ਇਹਨਾਂ ਦੀਆਂ ਫਿਲਮਾਂ ਨੂੰ ਇੰਜੋਏ ਕਰਦੇ ਹਾਂ ਭਾਜੀ। ਹਾਈ ਐਂਡ ਆ ਰਹੀਆਂ ਜੀ, 22 ਤਰੀਕ ਨੂੰ ਰਿਲੀਜ਼ ਹੋ ਰਹੀਆਂ। ਸਭ ਤੋਂ ਪਹਿਲਾਂ ਤਾਂ ਉਹਦੇ ਲਈ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ। ਥੈਂਕ ਯੂ ਭਾਈ। ਸਭ ਤੋਂ ਜਿਹੜਾ ਪਹਿਲਾ ਸਵਾਲ ਬਣਦਾ ਮੇਰਾ ਇਹ ਕਿ ਇਹ ਟ੍ਰੇਲਰ ਦੇ ਵਿੱਚ ਮੈਂ 3 ਜਣੇ ਦੇਖੇ ਆ ਜੀ, ਇੱਥੇ ਇੱਕ ਜਣਾ ਬੈਠਾ, ਸਾਡੇ ਭਾਜੀ ਕਿੱਥੇ ਨੇ, ਬਾਬਾ ਜੀ ਕਿੱਥੇ ਨੇ, ਨਿੰਜਾ ਭਾਜੀ ਕਿੱਥੇ ਨੇ? ਭਾਜੀ ਦਿਹਾੜੀਆਂ ਲਾ ਰਹੇ ਆ, ਪ੍ਰੋਗਰਾਮ ਚੱਲਦੇ ਆ ਸਾਰਿਆਂ ਦੇ। ਓਹੋ, ਇਹ ਵੀ ਗੱਲ ਠੀਕ ਆ ਬਈ। ਸੋ ਕਿਉਂਕਿ ਸ਼ੋਜ਼ ਵਗੈਰਾ ਪਹਿਲਾਂ ਫੜੇ ਹੁੰਦੇ ਆ, ਸੀਜ਼ਨ ਸ਼ੁਰੂ ਹੋ ਜਾਂਦਾ, ਵੈਡਿੰਗ ਸੀਜ਼ਨ ਚੱਲਦਾ। ਭਾਈ ਇਹ ਗੱਲ ਕਰਕੇ ਤੁਸੀਂ ਮੈਨੂੰ ਥੋੜਾ ਕਨਫਿਊਜ਼ ਵੀ ਕਰਤਾ ਕਿ ਉਹ ਦਿਹਾੜੀਆਂ ਲਾ ਰਹੇ ਤੇ ਇਹਦਾ ਮਤਲਬ ਸਾਡਾ ਭਰਾ ਫਿਰ? ਹਾਂਜੀ, ਨਹੀਂ ਮੈਂ ਐਕਚੁਅਲੀ ਮੈਂ ਸਾਡਾ ਭਰਾ ਵੀ ਬਿਜ਼ੀ ਹੈ। ਨਹੀਂ, ਉਹੀ ਮੈਂ ਦੱਸਣ ਲੱਗੇ ਸੀ, ਅਸੀਂ ਥੋੜਾ ਵੰਡ ਕੇ ਕਰਨ ਲੱਗੇ ਕਿਉਂਕਿ ਅਸੀਂ ਮੇਰੇ ਮੋਸਟਲੀ ਸ਼ੋਜ਼ ਹੁੰਦੇ ਆ ਪੰਜਾਬ ਤੋਂ ਬਾਹਰ ਜੀ। ਅਸੀਂ, ਸਾਨੂੰ ਹੋ ਗਿਆ 2-2.5 ਸਾਲ ਸਾਡੇ ਪੰਜਾਬ ਦੇ ਵੈਡਿੰਗ ਸ਼ੋਜ਼ ਅਸੀਂ ਬੰਦ ਕੀਤੇ ਹੋਏ ਅਤੇ ਸਾਡੇ ਬਾਹਰ ਮੋਸਟਲੀ ਸ਼ੋਜ਼ ਹੁੰਦੇ ਆ। ਸੋ ਜਦੋਂ ਮੇਰੇ ਸ਼ੋਜ਼ ਹੁੰਦੇ ਆ ਤਾਂ ਉਹ ਮਤਲਬ ਬਾਬਾ ਅੱਜ ਲੁਧਿਆਣੇ ਸੀਗਾ, ਲੁਧਿਆਣੇ ਪ੍ਰਮੋਟ ਕਰ ਰਿਹਾ। ਸੋ ਮੈਂ ਅੱਜ ਸੁਬਾਹ ਹੀ ਆਇਆ, ਅੱਜ ਘਰੇ ਅਸੀਂ, ਕੱਲ੍ਹ ਸੀਗੇ ਅਲੀਗੜ੍ਹ। ਹਾਂਜੀ, ਅਤੇ ਕੱਲ੍ਹ ਨੂੰ ਪਰਸੋਂ ਨੂੰ ਫਿਰ ਚਲੇ ਜਾਣਾ ਅਸੀਂ। ਮਤਲਬ ਫੁੱਲ ਫਲੈਸ਼ ਤੁਸੀਂ ਪ੍ਰੋਮੋਸ਼ਨ ਵੱਲ ਹੋਏ ਹੋ? ਹਾਂਜੀ, ਜਿੱਥੇ ਜਿੱਥੇ ਜਾਈਦਾ ਉਹ ਵੀ ਸ਼ੋਜ਼ 'ਤੇ ਪ੍ਰਮੋਸ਼ਨ ਹੋ ਜਾਂਦੀ ਹੈ, ਪਰ ਜਿੰਨੇ ਜਿਹੜੇ ਸਾਨੂੰ ਡੇਜ਼ ਮਿਲਦੇ ਆ ਵਿੱਚ ਫ੍ਰੀ, ਉਸ ਦੇ ਅਕੋਰਡਿੰਗ ਅਸੀਂ ਪਲਾਨ ਕਰਦੇ ਹਾਂ। ਗ੍ਰੇਟ ਭਾਜੀ, ਗ੍ਰੇਟ, ਬਹੁਤ ਸੋਹਣਾ। ਇੱਕ ਚੀਜ਼ ਹੋਰ, ਜਿਸ ਤਰ੍ਹਾਂ ਆਪਾਂ ਹੁਣੇ ਟ੍ਰੇਲਰ ਦੇਖਿਆ ਤੇ ਭਾਜੀ, ਮੈਨੂੰ ਪਤਾ ਨਹੀਂ, ਸ਼ਾਇਦ ਮੇਰੀ ਇੱਕ ਆਬਜ਼ਰਵੇਸ਼ਨ ਆ ਜਾਂ ਮੈਨੂੰ ਇਹ 3 ਸਭ ਤੋਂ ਜ਼ਿਆਦਾ ਸ਼ਰਾਰਤੀ ਕੋਈ ਲੱਗੇ ਤੁਸੀਂ ਭਾਈ? ਹਾਂਜੀ, ਮੇਰਾ ਕਰੈਕਟਰ ਮੈਨੂੰ ਕੋਈ ਲੱਗਾ ਨਹੀਂ ਹੋਰ। ਮੇਰਾ ਕਰੈਕਟਰ ਹੈਗਾ ਜੀ ਬਾਬਾ ਜੀ, ਤਾਂ ਮੈਨੂੰ ਥੋੜੇ ਭੋਲੇ ਜਿਹੇ ਲੱਗੇ। ਬਾਬਾ ਹਾਂਜੀ, ਪਿੰਡ ਤੋਂ ਆ ਜੀ। ਨਿੰਜਾ ਭਾਈ ਵੀ ਥੋੜੇ ਪੜ੍ਹੇ ਲਿਖਣ ਜੇ ਲੱਗੇ ਉਹਨਾਂ ਨੇ ਚਸ਼ਮੇ ਲਾਇਆ ਹੋਇਆ। ਹਾਂਜੀ, ਉਹ ਵੀ ਮੈਂ ਥੋੜਾ ਜਿਹਾ ਦੱਸਣਾ, ਇੱਕ ਬੰਦਾ ਥੋੜਾ ਮੈਨੂੰ ਵਿੱਚੋਂ ਖਰਾਬ ਜਿਹਾ ਲੱਗਾ। ਹਾਂਜੀ, ਉਹ ਮੈਂ ਹੀ ਰੱਖਦੇ ਤੁਸੀਂ ਤੇ ਉਹ ਮੈਂ ਹੀ ਹਾਂ ਜੀ। ਔਰ 5-6 ਚੀਜ਼ਾਂ ਤੁਸੀਂ ਜਿਹੜੀਆਂ ਵਿੱਚ ਕੀਤੀਆਂ, ਮਤਲਬ ਇੱਕ ਤਾਂ ਤੁਸੀਂ ਜਿਸ ਤਰ੍ਹਾਂ 2 ਮਿੰਟ ਲਏ ਉਹਨਾਂ ਕੋਲੋਂ। ਹਾਂਜੀ, ਹਾਲਾਂਕਿ ਮੈਂ 1 ਮਿੰਟ ਨਹੀਂ ਕਹਿਣਾ, ਮੈਂ 2 ਮਿੰਟ ਹੀ ਕਹਿ ਰਿਹਾ। ਤੇ ਉਹ ਵੀ ਮਤਲਬ, ਅੱਛਾ
ਉਹਦੇ ਵਿੱਚ ਕਿਸ ਤਰ੍ਹਾਂ ਕਿ ਤੁਹਾਡਾ ਤਾਲਮੇਲ ਪੰਕਜ ਭਾਈ ਦੇ ਨਾਲ, ਇੱਕ ਟਿਊਨਿੰਗ ਜਿਸ ਤਰ੍ਹਾਂ ਕਹਿੰਦੇ ਆ ਐਕਟਰ ਔਰ ਡਾਇਰੈਕਟਰ ਦੀ, ਮੈਂ ਪੰਕਜ ਭਾਜੀ ਨਾਲ, ਤੁਸੀਂ ਤਿੰਨ ਜਣੇ ਸੀਗੇ ਇਸ ਤੋਂ ਪਹਿਲਾਂ? ਪੰਕਜ ਭਾਜੀ ਨਾਲ ਮੈਂ ਦਿਲਦਾਰੀਆਂ ਫਿਲਮ ਕੀਤੀ ਆ, ਸੋ ਉਹ ਮੇਰੀ ਪਹਿਲੀ ਫਿਲਮ ਸੀ। ਉਹਦੇ ਮਤਲਬ ਅਗਰ ਕੋਈ ਇਹੋ ਜਿਹੀ ਪ੍ਰੋਬਲਮ ਜਾਂ ਇਹੋ ਜਿਹਾ ਕੁਝ ਹੁੰਦਾ ਤਾਂ ਮੈਨੂੰ ਪਹਿਲੀ ਫਿਲਮ 'ਚ ਆ ਸਕਦੇ, ਪਰ ਉਹ ਮੈਨੂੰ ਪਹਿਲਾਂ ਕੰਮ ਕੀਤਾ ਆ। ਸੋ ਮੇਰੇ ਫਿਲਮ ਇੱਕ ਕਰਨ ਦਾ ਮੇਨ ਮਕਸਦ ਜਾਂ ਕਹਿ ਲਓ ਚਾਹੇ ਰੀਜ਼ਨ ਵੀ ਇਹੀ ਸੀਗਾ ਕਿ ਉਹ ਪੰਕਜ ਭਾਜੀ ਡਾਇਰੈਕਟ ਕਰ ਰਹੇ ਸੀ ਇਹ ਫਿਲਮ, ਕਿਉਂਕਿ ਇੱਕ ਜਿਹੜੀ ਫਿਲਮ ਆ ਉਹ ਡਾਇਰੈਕਟਰ ਦਾ ਵਿਜ਼ਨ ਹੁੰਦਾ, ਜਿਵੇਂ ਤੁਸੀਂ ਖੁਦ ਕਿਹਾ ਡਾਇਰੈਕਟਰ ਨੇ ਦੇਖੀ ਹੁੰਦੀ ਆ, ਤੁਸੀਂ ਐਜ਼ ਏ ਕਰੈਕਟਰ ਐਜ਼ ਐਨ ਐਕਟਰ ਉਹ ਫਿਲਮ 'ਚ ਕੰਮ ਕਰ ਸਕਦੇ ਹੋ। ਐਗਜੈਕਟਲੀ। ਸੋ ਉਹ ਚੀਜ਼ ਮੈਂ ਪੰਕਜ ਭਾਜੀ ਦੇ ਟਰਸਟ ਕਰ ਸਕਦਾ ਸੀ, ਟਰਸਟ ਕਰ ਸਕਦਾ ਉਹਨਾਂ ਨੇ। ਔਰ ਪੰਕਜ ਭਾਜੀ ਈਵਨ ਕੋਈ ਐਸਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ, ਮਤਲਬ ਬੰਬੂ ਕਾਰਡ, ਸੱਜਣ ਸਿੰਘ ਰੰਗਰੂਟ, ਗੋਰਿਆਂ ਨੂੰ ਦਫਾ ਕਰੋ। ਜੀ ਜੀ, ਬਹੁਤ ਵਧੀਆ, ਹਰ ਇੱਕ ਵੱਡੀ ਫਿਲਮ ਉਹਨਾਂ ਨੇ ਦਿੱਤੀ ਔਰ ਪੰਜਾਬੀ ਆਡੀਅੰਸ ਨੂੰ ਉਹਨਾਂ ਨੇ ਹਮੇਸ਼ਾ ਐਂਟਰਟੇਨ ਹੀ ਕੀਤਾ, ਬੜੀ ਕਮਾਲ ਦੀ ਗੱਲ ਹੈ। ਸੋ ਪੰਕਜ ਭਾਈ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ, ਔਰ ਸਾਡੀ ਦਿੱਲੀ ਤਮੰਨਾ ਹੈ ਕਿ ਇਹ ਜਿਹੜੀ ਮੂਵੀ ਹੈ ਉਹ ਸੁਪਰ ਡੁਪਰ ਹਿੱਟ ਰਹੇ। ਅਤੇ ਭਾਅ ਜੀ ਇਹ ਜਿਹੜਾ ਸਾਡਾ ਸ਼ੋਅ ਹੈ ਇਹਦੇ ਵਿੱਚ ਅਸੀਂ ਫੋਨ ਕਾਲਸ ਵੀ ਲੈਂਦੇ ਹਾਂ, ਕਿਉਂਕਿ ਜਿੱਥੇ ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਡੇ ਬਾਹਰ ਬੜੇ ਸ਼ੋਅ ਹੈ, ਤੁਹਾਡੇ ਪੂਰੇ ਵਰਲਡ ਦੇ ਵਿੱਚ ਫੈਨਸ ਨੇ, ਅਤੇ ਉਹਨਾਂ ਵਿੱਚੋਂ ਕੁਝ ਫੈਨਸ ਆਏ ਸੀਗੇ ਪਰ ਚਲੇ ਗਏ ਲੱਗਦਾ ਮੈਨੂੰ ਦੁਬਾਰਾ। ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਟ੍ਰੇਲਰ ਦੇਖਿਆ, ਮੈਂ ਤੁਹਾਨੂੰ ਕਿਹਾ ਕਿ ਸਭ ਤੋਂ ਜ਼ਿਆਦਾ ਸ਼ਰਾਰਤੀ ਤੁਸੀਂ ਜੀ, ਔਨ ਸੈੱਟ ਸਭ ਤੋਂ ਜ਼ਿਆਦਾ ਸ਼ਰਾਰਤੀ ਕੌਣ ਸੀ? ਰਣਜੀਤ ਬਾਵਾ। ਬਾਵਾ ਜੀ ਸੱਚੀ ਬਹੁਤ ਸ਼ਰਾਰਤੀ, ਬਹੁਤ ਤੁਹਾਨੂੰ ਪਤਾ ਹੀ ਤੁਸੀਂ ਤਾਂ ਪਰ ਉਹਨਾਂ ਦੇ ਏਰੀਆ ਤੋਂ ਹੋਣਾ ਮਿਲਾ ਤੁਸੀਂ, ਮੈਂ ਇੱਕ ਤਾਂ ਏਰੀਏ ਚੋਂ, ਹਾਂਜੀ ਇੱਕ ਅਸੀਂ ਰੀਸੈਂਟ ਫਿਲਮ ਵੀ ਕਰਕੇ ਹਟੇ ਹਾਂ ਇਕੱਠੇ। ਕਿਹੜੀ? ਆਪਾਂ ਤਾਰਾ ਮੀਰਾ ਕਰਕੇ ਹਟੇ। ਓਕੇ ਓਕੇ ਓਕੇ, ਮੈਂ ਨਾਲ ਹੀ ਹਾਂ ਜੀ, ਬੜਾ ਹੀ ਸ਼ਰਾਰਤੀ, ਬਹੁਤ ਸ਼ਰਾਰਤੀ। ਮੈਂ ਦੇਖਿਆ ਮਤਲਬ ਬਾਵਾ ਜੀ ਤੇ ਇਹ ਜਿੰਨੇ ਗੁਰਦਾਸਪੁਰ ਅੰਮ੍ਰਿਤਸਰ ਇਹ ਜਿਹੜੇ ਏਰੀਆ ਤੋਂ ਨੇ ਸਾਰੇ, ਇਹਨਾਂ ਨੂੰ ਗੱਲਾਂ ਬਹੁਤ ਆਉਂਦੀਆਂ ਨੇ, ਇਹ ਚੁਟਕਲੇ ਬਹੁਤ ਸੁਣਾਉਂਦੇ ਆ। ਮੈਂ ਸਪੈਸ਼ਲੀ ਫਿਰ ਤੋਂ ਕਹਿਣਾ ਚਾਹੁੰਦਾ, ਅਗਰ ਤੁਹਾਡੇ ਕੋਲ ਰਣਜੀਤ ਬਾਵਾ ਸ਼ੋਅ ਕਰਨ ਆਉਂਦਾ ਤਾਂ ਉਹਦੇ 20 ਮਿੰਟ ਦਾ ਇੱਕ ਅਲੱਗ ਤੋਂ ਸਕਿੱਟ ਵਾਲੇ ਪਾਰਟ ਅਲੱਗ ਰੱਖ ਲਿਆ ਕਰੋ, ਚੁਟਕਲੇ ਸਕਿੱਟ, ਮਤਲਬ ਬ੍ਰੇਕ ਵੀ ਦਵਾ ਦਿਆ ਕਰੂਗਾ ਤੁਹਾਨੂੰ ਸ਼ੋਅ ਦੇ ਵਿੱਚ। ਜਿਹੜਾ ਜਿਹੜਾ ਸਾਡਾ ਸਟਾਰਟ ਹੈ ਉਹ ਹੋਇਆ ਸਾਡੇ ਉਸਤਾਦ ਦਾ, ਮਤਲਬ ਗੁਰਪ੍ਰੀਤ ਘੁੱਗੀ ਜੀ ਭਾਈ, ਉਹ ਵੀ ਗੁਰਦਾਸਪੁਰ ਏਰੀਆ ਤੋਂ, ਤੇ ਤੁਹਾਨੂੰ ਪਤਾ ਪਿੱਛੇ ਤੇ ਫਿਰ ਇਹੋ ਜਿਹੇ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਨੂੰ ਦੇਖ ਕੇ ਅਸੀਂ ਸਾਰੇ ਉਹਨਾਂ ਕੋਲ ਬਹੁਤ ਕੁਝ ਸਿੱਖਦੇ ਆ ਹੈਨਾ। ਅੱਛਾ ਭਾਈ ਫਿਲਮ ਦੇ ਆਉਂਦੇ ਆ ਦੁਬਾਰਾ, ਬਹੁਤ ਹੀ ਜ਼ਿਆਦਾ ਬਹੁਤ ਹੀ ਕਮਾਲ ਤੇ ਬਹੁਤ ਹੀ ਬਿਊਟੀਫੁਲ ਤਿੰਨ ਹੀਰੋਇਨਾਂ ਹੈਗੀਆਂ ਸੀ ਜੀ, ਬੇਸਿਕਲੀ ਆਈ ਐਮ ਮਿਸਿੰਗ। ਅੱਛਾ ਭਾਜੀ ਕੋਈ ਹੀਰੋਇਨ ਵੀ ਲੈ ਆਉਂਦੇ? ਮੈਂ ਪਹਿਲੀ ਵਾਰੀ ਤੁਹਾਡੀ ਇੰਟਰਵਿਊ ਕਰਾਂ, ਮੈਂ ਚਾਹੁੰਦਾ ਮੇਰੇ ਸ਼ੋਅ 'ਚ ਥੋੜ੍ਹਾ ਗਲੈਮਰ ਆਉਂਦਾ, ਅਤੇ ਮੈਂ ਆਪ ਤਾਂ ਇੰਨਾ ਚਿੱਟਾ ਹੋ ਗਿਆ ਜੇ ਕਿਤੇ ਚੱਲਦੇ ਜੇ ਮੇਰਾ ਮੇਕਅਪ ਨੂੰ ਉਤਰ ਗਿਆ ਨਾ ਭਾਜੀ, ਤੁਸੀਂ ਕਹਿਣਾ ਯਾਰ ਬ੍ਰਦਰ ਮੈਂ ਚੱਲਦਾ, ਮੈਨੂੰ ਨਹੀਂ ਪਤਾ ਤੂੰ ਬੈਠਾ। ਸੋ ਮੈਨੂੰ ਵੀ ਥੋੜ੍ਹਾ ਫੀਲ ਆਉਂਦਾ ਕਿ ਕੋਈ ਮੈਮ ਨੂੰ ਨਾਲ ਲੈ ਕੇ, ਮੈਂ ਜ਼ਰੂਰ ਟਰਾਈ ਕਰੂੰਗਾ ਕਿ ਮੈਂ ਜਾ ਕੇ ਕਹਾਂ ਕਿ ਖਬਰਦਾਰ ਜਿੱਥੇ ਗਏ ਤੇ। ਨਹੀਂ ਮੈਂ ਤੁਹਾਡੀ ਫੀਲਿੰਗ ਸਮਝਦਾ, ਮੈਂ ਚਾਹੂੰਗਾ ਕਿ ਮੈਂ ਉਹਨਾਂ ਨੂੰ ਭੇਜਾਂ ਇੱਕ ਦਿਨ, ਜਦੋਂ ਅਸੀਂ ਇਕੱਠੇ ਹੋਏ ਪ੍ਰਮੋਸ਼ਨਸ ਤੇ ਜ਼ਰੂਰ ਆ ਕੇ ਜਾਵਾਂ। ਫਿਰ ਇੱਕ ਕੰਮ ਕਰੀਏ ਜੀ, ਤੁਸੀਂ ਮਾੜਾ ਜਿਹਾ ਇੱਕ ਬ੍ਰੇਕ ਕਰੋ, ਉਹ ਆਪਣਾ ਫੋਨ ਕਰੋ, ਮੈਂ ਬ੍ਰੇਕ ਲੈ ਲੈਣਾ, ਐਂ ਕਰ ਲੈਣਾ, ਜਾਂ ਤੁਸੀਂ ਬ੍ਰੇਕ ਕਰ ਲਓ ਫੋਨ ਮੈਂ ਕਰ ਲੈਣਾ। ਨਹੀਂ ਮੈਂ ਫੋਨ ਹੀ ਕਰ ਲੈਣਾ, ਤੁਸੀਂ ਬ੍ਰੇਕ ਲੈ ਲਓ। ਇਹਨਾਂ ਦੀ ਮੇਰੇ ਵੈਸੇ ਮੈਸੇਜ ਆ ਰਹੇ ਨੇ ਸਾਡੇ ਅੱਜ ਦੇ ਸ਼ੋਅ ਦੇ ਕੈਸਟ ਨੇ, ਫਿਰ ਆਪਾਂ ਕਿਤੇ ਛੋਟਾ ਜਿਹਾ ਬ੍ਰੇਕ ਲੈਣਾ। ਆਓ ਫਿਰ ਅਗਲੇ ਨੇ ਛੋਟਾ ਬ੍ਰੇਕ, ਬ੍ਰੇਕ ਤੋਂ ਬਾਅਦ ਮਿਲਦੇ ਆ ਇਸੇ ਪ੍ਰੋਗਰਾਮ ਦੇ ਵਿੱਚ ਡੇਲੀ ਡੋਸ ਦੇ ਵਿੱਚ, ਤੇ ਫਿਰ ਫਟਾਫਟ ਫੋਨ ਕਰੋ, ਤੁਹਾਡੀ ਗੱਲ ਕਰਾਈਏ ਜੱਸੀ ਭਾਈ ਦੇ ਨਾਲ। ਵੈਲਕਮ ਬੈਕ ਜੀ, ਇੱਕ ਵਾਰੀ ਫੇਰ ਸਵਾਗਤ ਹੈ ਡੇਲੀ ਡੋਸ ਦੇ ਵਿੱਚ, ਤੇ ਸਾਡੇ ਕੋਲ ਜੱਸੀ ਭਾਈ। ਓਹੋ ਲੱਗਦਾ ਭਾਈ ਮੇਰਾ ਕੰਮ ਹੀ ਕਰ ਰਹੇ ਸੀਗੇ ਭਾਈ, ਇੱਡਾ ਲੰਬਾ ਮੈਸੇਜ ਟਾਈਪ ਕਰਦਾ, ਉਹ ਇੰਨਾ ਖੁੱਲ ਕੇ ਦੱਸਣ ਦੀ ਕੀ ਲੋੜ ਸੀ ਭਾਈ? ਤੁਸੀਂ ਮੈਨੂੰ ਖੁਦ ਕਹਿਤਾ ਵੀ ਤੁਸੀਂ ਫੋਨ ਯੂਜ਼ ਕਰ ਲਓ ਫੋਨ। ਨਾ ਭਾਈ ਫਿਰ ਇੱਕਦਮ ਫੋਨ ਆ ਗਿਆ, ਮੈਂ ਫੜਿਆ ਵੀ ਜਾਂਦਾ, ਇਹ ਵੀ ਚੀਨ ਪੈ ਜਾਂਦਾ। ਚਲੋ ਆਪਾਂ ਫਿਲਮ ਤੇ ਆਉਂਦੇ ਆ ਭਾਜੀ ਜੀ, ਮਿਊਜ਼ਿਕ ਦੀ ਗੱਲ ਕਰਦੇ ਆ ਜੀ, ਮਤਲਬ ਕਿਉਂ ਭਾਜੀ ਵਾਏ ਇੰਨਾ ਸੋਹਣਾ ਮਿਊਜ਼ਿਕ ਕਿਉਂ ਭਾਜੀ ਕਿਉਂ ਇੱਦਾਂ, ਮਤਲਬ ਕਿ ਜਦੋਂ ਉਹ ਜਦੋਂ ਬੀ ਪ੍ਰਾਗ ਭਾਈ ਉਹ ਅਲਾ ਪਲਾਉਂਦੇ ਨਾ, ਮੇਰਾ ਮੈਨੂੰ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ ਭਾਈ, ਇਸ ਤਰ੍ਹਾਂ ਹੋ ਜਾਂਦਾ ਮੈਨੂੰ। ਉਹ ਭਰਾ ਦੀ ਆਵਾਜ਼ ਹੀ ਇੰਨੀ ਕੁ ਸੋਹਣੀ ਆ ਕਿ ਇੰਨੀ ਕੁ ਜ਼ਿਆਦਾ ਵਧੀਆ ਕਿ ਤੁਸੀਂ ਜਦੋਂ ਉਹਨੂੰ ਸੁਣਦੇ ਹੋ ਤਾਂ ਤੁਸੀਂ ਇੱਕ ਇੱਕ ਵਰਡ ਫੀਲ ਕਰ ਸਕਦੇ, ਤੁਸੀਂ ਉਹ ਗਾਣੇ ਦਾ ਦਰਦ ਫੀਲ ਕਰ ਸਕਦੇ। ਮੈਂ ਬਹੁਤ ਤਕੜਾ ਫੈਨ ਉਹਨਾਂ ਦਾ ਜੀ, ਮੈਂ ਅੱਜ ਦੇ ਟਾਈਮ ਮੇਰੇ ਮੋਸਟ ਫੇਵਰੇਟ ਆਰਟਿਸਟ। ਕੀ ਬਾਤ ਹੈ ਭਾਈ, ਉਹ ਭਾਈ ਅਸੀਂ ਵੀ ਮਤਲਬ ਉਹਨਾਂ ਦੇ ਬਹੁਤ ਵੱਡੇ ਫੈਨ ਆ, ਔਰ ਟ੍ਰੇਲਰ ਦੇ ਵਿੱਚ ਜਿੱਥੇ ਇਮੋਸ਼ਨ ਤੇ ਉਹ ਜੇ ਪਾਇਆ ਨਾ ਉਹਨਾਂ ਦਾ ਜਿਹੜਾ ਆਲਾਪ ਪਾਇਆ, ਉਹ ਜਦੋਂ ਤੁਸੀਂ ਯਾਦ ਕਰ ਰਹੇ ਹੋ ਆਪਣੀ ਯਾਰੀਆਂ, ਤੁਸੀਂ ਲੜ ਪੈਂਦੇ ਹੋ ਉਸ ਜਗ੍ਹਾ ਤਾਂ ਭਾਜੀ, ਮੈਂ ਉਹੀ ਮੈਨੂੰ ਇਹੀ ਵੇਟ ਆ ਕਿ ਜਦੋਂ ਮੈਂ ਪੂਰਾ ਸੀਨ ਦੇਖੂੰਗਾ, ਜਦੋਂ ਸਟੋਰੀ ਦੇ ਨਾਲ ਤੁਰਦਾ ਹੋਵਾਂ ਆਵਾਂਗਾ, ਉਹ ਜਦੋਂ ਸੀਨ ਆਏਗਾ, ਜਦੋਂ ਤੁਸੀਂ ਉਹ ਯਾਦ ਕਰੋਗੇ ਔਰ ਭਾਈ ਦੀ ਆਵਾਜ਼ ਆਏਗੀ, ਤੁਸੀਂ ਸੁਪਰ ਬੀ ਪ੍ਰਾਗ ਭਾਜੀ, ਮਿਊਜ਼ੀਕਲ ਡਾਕਟਰਸ, ਜੈਦੇਵ ਭਾਜੀ, ਲੂਮਨਾਤੀ ਅਫਸਾਨਾ, ਸਾਰੇ ਮਤਲਬ ਅਮੇਜ਼ਿੰਗ। ਤੇ ਤੁਸੀਂ ਕਿੰਨੇ ਗਾਣੇ ਗਾਏ ਭਾਜੀ ਵਿੱਚ? ਭਾਜੀ ਮੈਂ ਇੱਕ ਗਾਣਾ ਗਾਇਆ ਇਹਦੇ ਵਿੱਚ, ਇੱਕੋ ਵੀ ਮਿਲਿਆ ਜਾਂ ਗੋਲਡ? ਉਹ ਨਹੀਂ, ਗੋਲਡ ਬॉय ਦਾ ਗਾਇਆ ਜੀ, ਗੋਲਡ। ਹਾਂਜੀ, ਗੋਲਡ ਬॉय ਭਾਜੀ ਦਾ। ਹਾਂਜੀ ਤੇ ਭਾਈ ਹੋਰ ਵੀ ਤੁਸੀਂ ਗਾਣੇ ਸੀ ਦੋ? ਭਾਜੀ ਮੈਂ ਫਿਲਮ 'ਚ ਐਕਟਿੰਗ ਕਰ ਰਿਹਾ, ਐਲਬਮ ਥੋੜਾ ਕਰ ਰਿਹਾ। ਨਹੀਂ ਐਲਬਮ ਨਹੀਂ ਭਾਜੀ, ਜਿੱਥੇ ਬੰਦਾ ਤੁਹਾਡੀ ਐਕਟਿੰਗ ਦੇਖ ਰਿਹਾ ਉਹ ਪਤਾ
ਮੈਂ ਕਿਉਂਕਿ ਭਾਈ ਤੁਹਾਡਾ ਨਹੀਂ ਭਾਈ ਲੋਕੀ ਲੋਕਾਂ ਦਾ ਸੋਚ ਲੋਕੀ ਚਾਹੁੰਦੇ ਆ ਕਿ ਜੱਸੀ ਗਿੱਲ ਦਾ ਵਾਂਗਣਾ ਹੋਵੇ ਇੱਕ ਗਾਣਾ ਮੈਂ ਜ਼ਰੂਰ ਗਾਇਆ ਹਾਂ ਉਹ ਤੁਸੀਂ ਮੈਨੂੰ ਲੱਗਦਾ ਕਿ ਉਹ ਚੀਜ਼ ਪੂਰੀ ਕੀਤੀ ਹੈ ਤੁਸੀਂ ਇਹ ਬਹੁਤ ਵਧੀਆ ਗੱਲ ਹੈ ਅੱਛੀ ਗੱਲ ਹੈ ਔਰ ਇਹਦਾ ਹੀ ਥੈਂਕਸ ਵੀ ਕਰਦੇ ਆ ਤੁਹਾਡਾ ਬੜੀ ਮਿਹਰਬਾਨੀ ਕਿਉਂਕਿ ਜਿਹੜੀ ਆਡੀਅנס ਹੈ ਨਾ ਉਹ ਤੁਹਾਨੂੰ ਗਾਉਂਦੇ ਵੀ ਦੇਖਣਾ ਚਾਹੁੰਦੀ ਹੈ ਜੀ ਉਹ ਤੁਹਾਨੂੰ ਐਕਟਿੰਗ ਕਰਦੇ ਵੀ ਦੇਖਣਾ ਚਾਹੁੰਦੀ ਹੈ ਉਹ ਚਾਹੁੰਦੀ ਹੈ ਕਿ ਜਦੋਂ ਜੱਸੀ ਗਿੱਲ ਜੀ ਸਟੇਜ ਤੇ ਹੁੰਦੇ ਆ ਉਹ ਜਿਹੜਾ ਤੁਸੀਂ ਪਰਫਾਰਮਰ ਐਜ਼ ਅ ਪਰਫਾਰਮਰ ਪਰਫਾਰਮ ਕਰਦੇ ਹੋ ਉਦਾਂ ਦਾ ਇੱਕ ਐਨਰਜੈਟਿਕ ਉਹ ਦੇਖਣਾ ਭਾਈ ਫਿਲਮ ਦੀ ਗੱਲ ਕਰਦੇ ਹਾਂ ਦੁਬਾਰਾ ਆਪਾਂ ਜੀ ਕਿ ਫਿਲਮ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਯੂਕੇ ਸ਼ੂਟ ਹੋਇਆ ਭਾਈ ਸਾਰਾ ਹਾਂਜੀ ਲੰਡਨ ਸ਼ੂਟ ਹੋਇਆ ਲੰਡਨ ਸ਼ੂਟ ਹੋਇਆ ਸਾਰਾ ਉੱਥੇ ਪਹਿਲੇ ਮੌਸਮ ਕਿਦਾਂ ਦਾ ਸੀਗਾ ਬਹੁਤ ਗਰਮੀ ਸੀ ਵੀਰੇ ਬਹੁਤ ਬੁਰਾ ਹਾਲ ਹੋਇਆ ਤੇ ਮੈਂ ਵਿੱਚ ਦੇਖਿਆ ਕਿ ਉਹਦੇ ਸਵੈਟਰ ਸੂਟਰ ਵੀ ਛੱਡੇ ਹੋਏ ਮੈਂ ਹੁੱਡੀਜ਼ ਪਾਈਆਂ ਹੋਈਆਂ ਨੇ ਵਿੱਚ ਮੈਨੂੰ ਬਹੁਤ ਪ੍ਰੋਬਲਮ ਹੈ ਟੈਨਿੰਗ ਹੋ ਗਈ ਸੀ ਬਹੁਤ ਜ਼ਿਆਦਾ ਇਹੀ ਮੈਂ ਦੇਖ ਰਿਹਾ ਸੀ ਮੈਂ ਕਿਹਾ ਵਿੱਚ ਕਿਤੇ ਕੁੜਤਿਆਂ 'ਚ ਵੀ ਸ਼ੁਰੂ ਹੋਏ ਵਿੱਚ ਸਵੈਟਰ ਵੀ ਪਾਏ ਆ ਤੇ ਇਹ ਕਿਸ ਤਰ੍ਹਾਂ ਔਖਾ ਹੋ ਜਾਂਦਾ ਨਾ ਥੋੜਾ ਜਿਹਾ ਸ਼ੂਟਿੰਗ ਦੇ ਸੈਟ ਕਿਉਂਕਿ ਮੇਰੇ ਇਸ ਫਿਲਮ ਦੇ ਵਿੱਚ ਵੀ ਹੋਇਆ ਇੱਕ ਇਸ ਤੋਂ ਪਹਿਲਾਂ ਮੈਂ ਜਿਹੜੀ ਇੱਕ ਹਿੰਦੀ ਫਿਲਮ ਕੀਤੀ ਹੈਪੀ ਫਿਰ ਵਾਗ ਜਾਏਗੀ ਉਹਦੇ ਵਿੱਚ ਮੇਰੇ ਨਾਲ ਬਹੁਤ ਮਾੜੀ ਹੋਈ ਉਹ ਸਾਡਾ ਫਿਲਮ ਬਹੁਤ ਚੰਗੀ ਸੀ ਮਾੜੀ ਕਿੱਦਾਂ ਹੋਈ ਉਹ ਚ ਅਸੀਂ ਸ਼ੂਟ ਕਰਨਾ ਚਾਈਨਾ 'ਚ ਠੰਡ ਹੁੰਦੀ ਆ ਜੀ ਜੀ ਪਰ ਉਹਨਾਂ ਨੇ ਉਹਦਾ ਸ਼ੂਟਿੰਗ ਸ਼ਿਫਟ ਕਰਤੀ ਮਲੇਸ਼ੀਆ ਥਾਈਲੈਂਡ ਅੱਛਾ ਉੱਥੇ ਹੁੰਦੀ ਆ ਗਰਮੀ ਜਿਹੜਾ ਕਨਸੈਪਟ ਸੀਗਾ ਉਹ ਸਿਆਲਾਂ ਵਾਲਾ ਸੀਗਾ ਤੇ ਪੂਰੀ ਗਰਮੀ 'ਚ ਮੈਨੂੰ ਜੈਕਟਸ ਆਣੀਆਂ ਮੋਟੀਆਂ ਮੋਟੀਆਂ ਸਵੈਟਰ ਕੋਟ ਪਾ ਕੇ ਰੱਖਣੇ ਪਏ ਮਤਲਬ ਮੇਰੇ ਪੂਰੇ ਪਿੰਡ ਦੇ ਪਿੱਤ ਹੋਈ ਪਈ ਸੋਹ ਲੱਗੇ ਮੇਰੀ ਅਗਲੀ ਗੱਲ ਇਹ ਜੀ ਮੈਂ ਕਿਹਾ ਭਾਈ ਫਿਰ ਤਾਂ ਪਿੱਤ ਨਿਕਲਾਈ ਪਿੱਤੇ ਨਿਕਲੇ ਸੀ ਜੀ ਬਹੁਤ ਜ਼ਿਆਦਾ ਭਾਈ ਤੁਹਾਡੇ ਕਿੱਦਾਂ ਨਿਕਲ ਸਕਦੀ ਹੈ ਤਾਂ ਸਾਡੇ ਵਰਗੇ ਗਰੀਬ ਨਿਆਣੇ ਤਾਂ ਨਿਕਲਦੀ ਹੈ ਹਾਲ ਦੀ ਗੱਲ ਹੈ ਜੀ ਸਾਡੇ ਅੱਛਾ ਉਹ ਹੋਏ ਨਾ ਅਮੀਰ ਬੰਦਿਆਂ ਨੂੰ ਵੀ ਜੇ ਕੋਈ ਇੱਦਾਂ ਦੇ ਚਿਕਨ ਪੌਕਸ ਨਿਕਲਾ ਪਿੱਤ ਪੁੱਤ ਸਾਡੂ ਨਿਕਲਦੀ ਭਾਜੀ ਮੈਂ ਵੀ ਤੁਹਾਡੇ ਯਾਰ ਗਈਆਂ ਉੱਥੇ ਹੀ ਗਿਆ ਬਹੁਤ ਬਹੁਤ ਕਮਾਲ ਇਹ ਮੈਨੂੰ ਜਿਹੜੀ ਸਭ ਤੋਂ ਚੰਗੀ ਗੱਲ ਲੱਗਦੀ ਜੱਸੀ ਭਾਈ ਦੀ ਕਿ ਆਰਟਿਸਟ ਤਾਂ ਕਮਾਲ ਹੈ ਹੀ ਹੈ ਜਿਹੜਾ ਉਸ ਇਮੇਜ ਦੇ ਵਿੱਚ ਚਾਰ ਚੰਨ ਲਾਉਂਦਾ ਉਹ ਇਹਨਾਂ ਦਾ ਜਿਹੜਾ ਸੌਫਟ ਦਿਲ ਆ ਪਿਆਰੀਆਂ ਪਿਆਰੀਆਂ ਗੱਲਾਂ ਆ ਇੱਕ ਨੇਚਰ ਆ ਉਹ ਇਹਨਾਂ ਦਾ ਪਲੱਸ ਪੁਆਇੰਟ ਆ ਔਰ ਭਾਜੀ ਤੁਸੀਂ ਹਮੇਸ਼ਾ ਇੱਦਾਂ ਹੀ ਰਹਿਣਾ ਥੈਂਕ ਯੂ ਔਰ ਲੋਕਾਂ ਦਾ ਜਿਹੜਾ ਪਿਆਰ ਉਹ ਦੁੱਗਣਾ ਤਿਗਣਾ ਹੁੰਦਾ ਜਾਏਗਾ ਮੈਂ ਕਹਿੰਦਾ ਭਾਜੀ ਇਸ ਤੋਂ ਪਹਿਲਾਂ ਕਿ ਕੁਛ ਉਦੋਂ ਆਜ ਵੀ ਤਾਂ ਫੋਨ ਚੋਂਦੀ ਏ ਕਦਾਂ ਨਹੀਂ ਤਾਂ ਆਪਣੀਆਂ ਗੱਲਾਂ ਨਹੀਂ ਮੁਕੜੀਆਂ ਹੈਲੋ ਸਤਿ ਸ਼੍ਰੀ ਅਕਾਲ ਕੌਣ ਸਾਹਿਬ ਭਾਈ ਮੈਂ ਸਾਬੀ ਬੋਲਦਾ ਕੈਲੀਫੋਰਨੀਆ ਦਾ ਮਹਾਰਾਜ ਸਾਬੀ ਸਾਹਿਬ ਕਿੱਦਾਂ ਠੀਕ ਠਾਕ ਹੋ ਬਹੁਤ ਵਧੀਆ ਭਾਜੀ ਤੁਸੀਂ ਅੱਜ ਥਾਣੇਦਾਰ ਮੱਲਾ ਦਾ ਸਲੂਨ ਵਰਦੀ ਚ ਆਏ ਵਾ ਉਹ ਬਸ ਫਿਰ ਇਦਾਂ ਹੀ ਆ ਕਦੀ ਕਦੀ ਆਉਣਾ ਵੀ ਚਾਹੀਦਾ ਸਾਨੂੰ ਵੀ ਮੌਕਾ ਦਿਓ ਕਿਤੇ ਸਾਡਾ ਵੀ ਡਿਊਟੀ ਤੋਂ ਕਿਤੇ ਫ੍ਰੀ ਹੋਣ ਨੂੰ ਮੌਕਾ ਮਸਾ ਮਸਾ ਕੋਈ ਸਟਾਰ ਆਇਆ ਸਾਡੇ ਕੋਲ ਅਸੀਂ ਕਿਤੇ ਗੱਲ ਕਰ ਲਈਏ ਭਾਈ ਮੇਰੇ ਨਾਲ ਵੈਸੇ ਗੱਲ ਕਰਕੇ ਤੁਸੀਂ ਟਾਈਮ ਵੇਸਟ ਕਰ ਰਹੇ ਹੋ ਆਪਾਂ ਤਾਂ ਕਦੇ ਦੂਸਰੇ ਸ਼ੋਅ 'ਚ ਵੀ ਕਰ ਲਾਂਗੇ ਜੱਸੀ ਭਾਜੀ ਨਹੀਂ ਮੈਂ ਜੱਸੀ ਭਾਜੀ ਨਾਲ ਵੀ ਗੱਲ ਕਰਦਾ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੱਸੀ ਭਾਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਸਭੀ ਵੀਰੇ ਅੱਛਾ ਇੱਕ ਮਿੰਟ ਸਾਬੀ ਭਾਈ ਯਾਰ ਤੁਹਾਡੇ ਡਾਇਲੌਗ ਤੋਂ ਯਾਦ ਹੋ ਗਿਆ ਜਿੱਦਾਂ ਸਾਬੀ ਬੋਲਦਾ ਭਾਈ ਅੱਜ ਕੱਲ੍ਹ ਉਹ ਵੀ ਆਉਂਦਾ ਸਿੰਘਾ ਬੋਲਦਾ ਵੀਰੇ ਉਹ ਇੱਕ ਕਨੈਕਸ਼ਨ ਜੁੜ ਗਿਆ ਆਓ ਭਾਈ ਆਓ ਪਲੀਜ਼ ਸੇਮ ਲੱਗ ਭਾਈ ਸੇਮ ਇਲਾਕੇ ਤੋਂ ਅਸੀਂ ਅੱਛਾ ਤੁਸੀਂ ਭਾਈ ਕਿੱਥੋਂ ਉੱਥੇ ਦਾ ਹੀ ਆ ਅਸੀਂ ਵੀ ਉੱਥੇ ਦੇ ਤੁਸੀਂ ਕਿੱਥੇ ਤੋਂ ਵੀਰੇ ਭਾਈ ਮੈਂ ਮੇਰੇ ਜਿਹੜਾ ਨਾਨਕੇ ਆ ਨਾ ਮਾਲਪੁਰ ਦੇ ਗੋੜੀ ਆ ਆਪਣੇ ਚੱਪੇ ਸਿੰਘੇ ਦੇ ਪਿੰਡ ਦੇ ਨਾਲ ਦੋ ਠੀਕ ਹੈ ਠੀਕ ਜਿੱਥੇ ਹਾਂਜੀ ਦੇਬੀ ਭਾਜੀ ਹੋਣੀ ਨੇ ਮਖਸੂਸਪੁਰ ਠੀਕ ਹੈ ਭਾਈ ਠੀਕ ਹੈ ਉੱਥੇ ਦੇ ਆ ਮੈਂ ਸੋਚਿਆ ਕਿ ਤੁਸੀਂ ਮੈਨੂੰ ਕਹਿੰਦੇ ਤੁਹਾਡੇ ਇਲਾਕੇ ਤੋਂ ਮੈਂ ਤਾਂ ਪੁੱਛਦਾ ਸੀਗਾ ਮੈਂ ਤੁਹਾਡੇ ਦੇ ਇਲਾਕੇ ਤੋਂ ਮੈਂ ਉਦਾਂ ਹਾਂਜੀ ਨਹੀਂ ਮੈਂ ਭਾਈ ਨੂੰ ਕਰੇ ਭਾਈ ਮੈਂ ਇਲਾਕੇ ਤੋਂ ਅੱਛਾ ਕਹਿ ਦੇਣਾ ਚਾਹੀਦਾ ਇਦਾਂ ਉਹਨਾਂ ਕਹਿੰਦਾ ਜੋ ਨਵਾਕ ਵੀ ਹੋ ਜਾਂਦੀ ਇਦਾਂ ਹੌਲੀ ਹੌਲੀ ਹਾਂਜੀ ਭਾਈ ਜੱਸੀ ਭਾਈ ਨੂੰ ਸਵਾਲ ਕੀ ਹੈ ਤੁਹਾਡਾ ਕੀ ਗੱਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਕੀ ਪੁੱਛਣਾ ਚਾਹੋਗੇ ਸਵਾਲ ਭਾਜੀ ਮੈਂ ਜਿਹੜਾ ਗਾਣਾ ਤੁਹਾਡਾ ਲੇਟੈਸਟ ਤੁਹਾਡੀ ਮੂਵੀ ਦਾ ਹੀ ਆ ਹਾਂਜੀ ਭਾਈ ਜਾ ਰਹੀਆਂ ਜੀ ਭਾਜੀ ਐਂਡ ਉਹਨਾਂ ਦਾ ਜਿਹੜਾ ਰੱਬਾ ਰੱਬਾ ਵਾਲਾ ਗਾਣਾ ਸੀ ਭਾਜੀ ਉਹ ਤਾਂ ਬਾਲਾ ਹੀ ਐਂਡ ਆ ਥੈਂਕ ਯੂ ਭਾਈ ਥੈਂਕ ਯੂ ਸੋ ਮਚ ਤੇ ਉਹਦਾ ਜਿੱਦਾਂ ਸੈਡ ਮੈਂ ਮੂਵੀ ਵੀ ਦੇਖਣੀ ਆ ਅਲੋਕ ਫੋੜੇ ਇਹਨਾਂ ਸਾਡੇ ਮੈਡੈਸਟੋ ਇੱਥੇ ਲੱਗਦੀ ਹੁੰਦੀ ਆ ਥੈਂਕ ਯੂ ਵੀਰੇ ਥੈਂਕ ਯੂ ਤੇ ਅਸੀਂ ਦੇਖਦੇ ਆ ਕਿ ਤੁਹਾਡੀ ਮੂਵੀ ਇੱਥੇ ਲੱਗਦੀ ਆ ਪਰ ਭਾਜੀ ਤੁਹਾਡੇ ਬਾਲੇ ਇੱਕ ਤਾਂ ਤੁਹਾਡਾ ਗਾਣਾ ਆਇਆ ਸੀ ਨੇਹਾ ਕੱਕੜ ਨਾਲ ਹਾਂਜੀ ਭਾਜੀ ਉਹ ਵੀ ਗਾਣਾ ਬਹੁਤ ਘੈਂਟ ਸੀ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਉਹ ਕਰੰਟ ਵਾਲਾ ਨਿਕਲੇ ਕਰੰਟ ਤੇਰੇ ਯਾਰ ਚੋਂ ਹਾਂਜੀ 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 ਬਸ ਭਾਜੀ ਮੈਂ ਵੀ ਇਸੇ ਚੱਕਰ 'ਚ ਤਾਰਾਂ ਮੰਗਾ ਕੇ ਰੱਖੀਆਂ ਹੋਈਆਂ ਅੱਜ ਮੈਂ ਭਾਜੀ ਕੋਲੋਂ 3-4 ਜਨਰੇਟਰ ਔਨ ਕਰਾ ਕੇ ਜਾਣੇ ਸਾਡੇ ਕੰਮ ਨਹੀਂ ਕਰਨ ਦੇ ਇੰਨਾ ਕਰੰਟ ਲਈ ਕਰਦੇ ਭਾਜੀ ਮੈਂ ਭਾਈ ਦਾ ਚੱਕਰ ਉੱਥੇ ਲਾਉਣਾ ਜਿਹੜੇ ਪਿੰਡਾਂ 'ਚ ਬਿਜਲੀ ਸਪਲਾਈ ਨਹੀਂ ਹੋਈ ਮੈਂ ਕਹਿੰਦਾ ਭਾਈ ਇੱਕ ਵਾਰੀ ਰੋਸ਼ਨ ਕਰ ਦੇ ਪੂਰਾ ਪੂਰਾ ਪਿੰਡ ਮੈਨੂੰ ਲੱਗਦਾ ਭਾਜੀ ਦਾ ਬੰਬੇ ਜਾ ਕੇ ਕਰੰਟ ਲੱਗ ਗਿਆ ਮੈਨੂੰ ਲੱਗਦਾ ਭਾਈ ਨਹੀਂ ਬਸ ਬਾਬਾ ਜੀ ਦੀ ਮਿਹਰ ਆ ਜੀ ਵਧੀਆ ਗਾਣਾ ਚੱਲ ਗਿਆ ਜੀ ਵਧੀਆ ਹੋ ਗਿਆ ਮੇਨ ਗੱਲ ਆ ਸੀਗੀ ਮਤਲਬ ਐਡੀ ਗਰਾਉਂਡ ਬਣਾਈ ਤੁਸੀਂ ਤੇ ਮੈਨੂੰ ਡਾਇਰੈਕਟ ਕਹਿ ਦਿੰਦੇ ਮੈਂ ਭਾਈ ਨੂੰ ਰਿਕੁਐਸਟ ਕਰ ਦਿੰਦਾ
ਤੁਸੀਂ ਐਡੀ ਵੱਡੀ ਗਰਾਊਂਡ ਬਣਾਈ ਨਾ ਭਾਈ, ਦੋ ਲੈਣਾ ਸੁਣਾ ਦੋ ਤੁਹਾਨੂੰ ਪਤਾ ਗੁਲਾਬ ਚ ਕੀ ਫਿਰਦਾ ਹਾਂ, ਗੁਲਾਬ ਨਹੀਂ ਹੋ ਕੱਲਾ ਤੇਰੇ ਪਿੱਛੇ ਗੋਰੀਏ, ਮੈਂ ਤਾਂ ਸਿਰ ਤੇ ਪੰਜਾਬ ਚ ਕੀ ਫਿਰਦਾ, ਉਹ ਕੁੜੀਆਂ ਦੇ ਕੋਕੇ ਮਿਲਦੇ, ਉਹ ਟੁੱਟ ਪੈਣਿਆਂ ਵੇ ਤੇਰੀ ਜਗਵਾਰ ਚੋਂ ਨੀ ਤੱਕ ਤੱਕ ਤੈਨੂੰ ਗੋਰੀਏ, ਨਿਕਲੇ ਕਰੰਟ ਤੇਰੇ ਯਾਰ ਚੋਂ, ਮੈਂ ਉਹ ਨੀ ਕੁੜੀ ਜਿਹੜੀ ਮੰਨ ਜਾਊ, ਸੋਹਣਿਆ ਬਲੈਕ ਤੇਰੀ ਕਾਰ ਤੋਂ। ਮੇਰੇ ਦਾਦੇ ਦਾ ਕੰਮ ਸੀ ਬੱਸਾਂ ਦਾ, ਉਹ ਤਾਂ ਦਿਖਣ ਡਿਆ ਤੇ ਵਿੱਚ ਉਹਦੇ ਆਪ ਹੀ ਗੇਅਰ ਜਿੱਡਾ ਨਾ ਤੂੰ, ਉਹਦੇ 'ਚ ਸਵਾਰੀਆਂ ਬਹਿੰਦੀਆਂ ਸੀ। ਅੱਛਾ ਉਹਦੇ 'ਚ ਸਵਾਰੀਆਂ ਬਹਿੰਦੀਆਂ ਤੇ ਬੱਸਾਂ 'ਚ ਸਵਾਰੀਆਂ ਬਹਿੰਦੀਆਂ ਬੇਟਾ, ਡੰਗਰ ਵੀ ਲੈ ਕੇ ਹਾਈ ਹੈਂਡ ਸਵਾਰੀਆਂ ਬਹਿੰਦੀਆਂ ਸੀ। ਓਕੇ ਅੱਛਾ ਫਿਰ ਪੁਰਾਣਾ ਚੱਲਿਆ ਹੁੰਦਾ ਹਾਈ ਹੈਂਡ, ਫਿਰ ਭਾਜੀ ਇਹਨਾਂ ਨੇ ਬੱਸ ਕਾਲਜ ਮੂਹਰੇ ਲਾਈ ਹੋਣੀ ਹੈ ਨਾ, ਉੱਥੋਂ ਹਾਈ ਹੈਂਡ ਸਵਾਰੀਆਂ ਬਹਿੰਦੀਆਂ ਸਹੀ। ਕੁੜੀਆਂ ਦਾ ਕਾਲਜ ਤੋਂ ਬਾਹਰ ਲਾਈ ਸੀ ਗੱਡੀ, ਹੈਂ ਕੁੜੀਆਂ ਦਾ ਕਾਲਜ ਤੋਂ ਬਾਹਰ ਲਾਈ ਸੀ। ਇੱਕ ਵਾਰੀ ਮੇਰੇ ਭਾਪੇ ਨੇ ਬੱਸ ਭਾਈ ਬੱਸ ਬੰਦ ਹੋ ਗਈ, ਭਾਪੇ ਦੀ ਬੱਸ ਬੰਦ ਹੋ ਗਈ, ਮੈਨੂੰ ਲੱਗਦਾ ਤੇਰੇ ਭਾਪੇ ਨੇ ਕਾਫੀ ਬੱਸ ਕਰਾਈ ਹੋਈ ਹੈ। ਘਰ ਵਿੱਚ ਸਿਰਫ ਗੰਦੇ ਤੇ ਮੈਲੇ ਕੱਪੜੇ ਟੰਗੇ ਜਾਂਦੇ, ਯੂਜ਼ ਤੇ ਹੁੰਦਾ ਨਾ। ਓਏ ਇੱਕ ਗੱਲ ਸੁਣ ਲੈ, ਉਹ ਸਾਡੇ ਭਾਈ ਅੱਜ ਦੇ ਗੈਸਟ ਨੇ, ਮੈਂ ਇੰਟਰਵਿਊ ਕਰ ਰਿਹਾ ਉਹਨਾਂ ਦੀ, ਫਿਲਮ ਆ ਰਹੀ ਹੈ ਉਹਨਾਂ ਦੀ ਨਵੀਂ ਹਾਈ ਐਂਡ ਜਾ ਰਹੀਆਂ, ਅੱਛਾ 22 ਤਰੀਕ ਨੂੰ, ਦੇਖਣ ਵਾਸਤੇ ਤੇਰੇ ਕੋਲ ਪੈਸੇ ਤਾਂ ਹੋਣੇ ਨੀ, ਠੀਕ ਆ, ਵੱਡੇ ਸ਼ਾਵਰ ਵਰਗਾ ਮੂੰਹ ਉਤੋਂ ਕਿੰਨੇ ਜੋੜਨੇ ਪੈਣੇ, ਹੈ ਕਿੰਨੇ ਕੁ ਜੋੜਨੇ ਪੈਣੇ ਦੇਖਣ ਲਈ, ਜੇ ਉਸ ਹਿਸਾਬ ਨਾਲ ਜੋੜੇ ਵੀ ਨਾ ਤਾਂ ਤੈਨੂੰ 3 ਕੁ ਸਾਲ ਲੱਗਣਗੇ। ਨਹੀਂ ਕੀ ਪਤਾ ਮੇਰੇ ਕੋਲ ਹੋਣ ਫਿਰ ਵੀ ਕਿੰਨੇ ਕੁ ਲੱਗਦੇ। ਚੱਲ ਯਾਰ ਮੈਂ ਭਾਈ ਨੂੰ ਰਿਕੁਐਸਟ ਕਰਾਂਗਾ ਕਿ ਤੈਨੂੰ ਕੁਛ ਨਾ ਦੇ, ਫਿਲਮ ਮੈਂ ਦਿਖਾ ਦਊਂਗਾ ਤੁਹਾਨੂੰ। ਲੈ ਚੋ, ਇਹਨੇ ਵੈਸੇ ਤੁਹਾਡੀਆਂ ਸਾਰੀਆਂ ਫਿਲਮਾਂ ਦੇਖੀਆਂ ਭਾਈ, ਹਾਂ, ਪਰ ਦੇਖੀਆਂ ਸਿਰਫ ਤੁਹਾਡੀਆਂ ਲੱਤਾਂ। ਉਹ ਰੀਜ਼ਨ ਕੀ ਹੈ ਕਿ ਜਦੋਂ ਥੀਏਟਰ 'ਚ ਜਾਂਦਾ ਨਾ ਅੰਦਰ ਵੜਨ ਨਹੀਂ ਦਿੰਦਾ ਕੋਈ, ਉਹ ਦਰਵਾਜ਼ੇ ਥੱਲੇ ਥੋੜੀ ਲਾਈਟ ਨਹੀਂ ਆਉਂਦੀ ਹੁੰਦੀ, ਉੱਥੋਂ ਲੰਮੇ ਪੈ ਪੈ ਕੇ ਦੇਖੀਆਂ ਨੇ। ਚੁੱਪ ਕਰ ਜਾ ਮੈਨੂੰ ਭਾਈ ਨਾਲ ਗੱਲ ਕਰਨ ਤੇ ਤੇਰੇ ਨਾਲ ਵੀ ਕਰਨੇ ਗੱਲ। ਅੱਛਾ ਭਾਈ ਛੱਡੋ ਇਹਨੂੰ, ਇਗਨੋਰ ਕਰੋ ਜਿੰਨਾ ਕੁ ਹੋ ਸਕਦਾ। ਹੁਣ ਮੈਨੂੰ ਭਾਈ ਤੁਸੀਂ ਇਹ ਦੱਸੋ ਕਿ ਫਿਲਮ ਦੇ ਵਿੱਚ ਜਦੋਂ ਤੁਸੀਂ ਸ਼ੂਟ ਕਰ ਰਹੇ ਸੀਗੇ, ਉੱਥੇ ਜਿਹੜਾ ਮਾਹੌਲ ਸੀਗਾ, ਉੱਥੇ ਜਦੋਂ ਤੁਸੀਂ UK ਦੇ ਵਿੱਚ ਸ਼ੂਟ ਕਰ ਰਹੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਾਂ ਵੀ ਬੜੀ ਉੱਥੇ ਗਰਮੀ ਸੀਗੀ, ਗਰਮੀ ਦੇ ਵਿੱਚ ਸ਼ੂਟ ਕੀਤਾ, ਤੇ ਕਿੰਨੀ ਚਿਰ ਚੱਲਿਆ ਸ਼ੂਟ ਪਹਿਲਾਂ? ਇਹ ਬਾਹਰ ਦਾ ਸ਼ੂਟ ਕਿੰਨਾ ਸੀ ਤੇ ਇੰਡੀਆ ਦਾ ਸ਼ੂਟ ਕਿੰਨਾ? ਸਾਡਾ 25-26 ਦਿਨਾਂ ਦਾ ਸੀਗਾ ਲੰਡਨ ਦਾ ਸ਼ੂਟ, ਤੇ ਪੰਜਾਬ ਦਾ ਸੀਗਾ ਥੋੜਾ ਸ਼ੂਟ। ਅੱਛਾ ਥੋੜਾ ਸ਼ੂਟ ਪੰਜਾਬ ਦਾ ਸੀਗਾ, ਥੋੜਾ ਜ਼ਿਆਦਾ ਬਾਹਰ ਦਾ ਸੀਗਾ, ਜ਼ਿਆਦਾ ਬਾਹਰ ਦਾ ਸੀਗਾ ਜੀ। ਜਿਹੜਾ ਅਸੀਂ ਬਾਹਰ ਕੀਤਾ ਸ਼ੂਟ, ਉੱਥੇ ਬਹੁਤ ਜ਼ਿਆਦਾ ਗਰਮੀ ਸੀ, ਬਾਵੇ ਨੇ ਤਾਂ ਚਾਦਰੇ ਲਾ ਰੱਖਿਆ ਸੀਗਾ, ਉਹਨਾਂ ਤਾਂ ਠੀਕ ਸੀਗਾ, ਉਹਨਾਂ ਤਾਂ ਖੁੱਲੀ ਹਵਾ ਆਉਂਦੀ ਹੋਣੀ, ਖੁੱਲੀ ਹਵਾ ਆਉਂਦੀ ਸੀ, ਪਰ ਬਾਵਾ ਬਹੁਤ ਤੰਗ ਸੀ ਇਸ ਚੀਜ਼ ਤੋਂ, ਕਿਉਂਕਿ ਉਹਦੇ ਉਹ ਵਿਚਾਰੇ ਦੇ ਕੱਪੜੇ ਐਵੇਂ ਦੇ ਪਾਏ ਹੁੰਦੇ ਸੀ, ਉਹਨਾਂ ਲੱਗੇ ਉਹਨਾਂ ਦੇਖ ਕੇ ਵੀ ਟ੍ਰੇਲਰ ਲਾ ਲੈਂਦਾ ਯਾਰ ਭਾਜੀ ਬੜੇ ਸਮਾਨ ਬਾਵਾ। ਅੱਛਾ ਫਿਰ ਤੁਸੀਂ ਉਹ ਸਵਾਲ ਵੀ ਪਾਇਆ ਹੋਊਗੀ, ਆਹ ਇਹਨੇ ਚੁੱਪਾ ਚਾਦਰਾ ਲਾਇਆ, ਇੱਕ ਤੈਨੂੰ ਖਾਣਾ ਬਣਾਇਆ, ਇਹ ਵੀ ਗੱਲ ਠੀਕ ਆ। ਨਹੀਂ ਭਾਅ, ਹੁਣ ਇੱਕ ਸਵਾਲ ਤੁਹਾਡੇ ਕੋਲ ਆ ਭਾਜੀ, ਜੱਸੀ ਗਿੱਲ ਜੀ ਨੂੰ ਕਦੋਂ ਲੱਗਾ ਕਿ ਉਹਨਾਂ ਅੰਦਰ ਇੱਕ ਐਕਟਰ ਵੀ ਹੈਗਾ, ਸਿੰਗਰ ਤੇ ਹੈਗਾ ਹੀ ਹੈਗਾ ਹਾਂਜੀ, ਮੈਂ ਹੋਰ ਐਕਟਰ ਹੈਗਾ, ਇੱਕ ਮਿੰਟ ਭਾਜੀ, ਔਰ ਇਹਨਾਂ ਨੈਚੁਰਲ ਐਕਟਰ ਹੈਗਾ, ਮੈਂ ਕੱਲਾ ਐਕਟਰ ਨਹੀਂ ਕਹੂੰਗਾ, ਤੁਸੀਂ ਨੈਚੁਰਲ ਬਹੁਤ ਹੋ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਮੇਰੇ ਮੈਨੂੰ ਨਹੀਂ ਪਤਾ ਸੀਗਾ, ਮੈਨੂੰ ਤਾਂ ਮੈਨੂੰ ਪਹਿਲਾਂ ਹੀ ਦੱਸਿਆ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਨੂੰ ਪਿੰਡ ਤੋਂ ਬਾਹਰ ਜਾਣਨਗੇ ਲੋਕ। ਹਾਈ ਐਂਡ ਯਾਰ ਨੇ ਤੁਸੀਂ ਦੱਸਿਆ, ਤੁਸੀਂ ਤੇਰੇ ਜੱਟਿੰਗ ਵੀ ਹੈਗੀ। ਨਹੀਂ ਹਾਈ ਐਂਡ ਯਾਰ ਹੀ ਨੇ ਮੇਰੇ ਉਹ, ਐਕਚੁਅਲੀ ਮੈਂ ਤੁਹਾਨੂੰ ਸਾਰੀ ਸਟੋਰੀ ਸੁਣਾਉਂਗਾ। ਭਾਈ ਫਿਰ ਇੱਕ ਮਿੰਟ, ਤੁਹਾਡੇ ਵਾਲਾ ਉਹ ਬ੍ਰੇਕ ਲੈ ਲਈ, ਲੈ ਲਓ ਭਾਈ ਬ੍ਰੇਕ, ਆਹੋ ਜੀ ਲੈ ਲਓ ਇੱਕ ਛੋਟੀ ਜਿਹੀ ਬ੍ਰੇਕ, ਮਿਲਦਾ ਬ੍ਰੇਕ ਤੋਂ ਬਾਅਦ, ਤੇ ਭਾਈ ਨਾਲ ਆਪਾਂ ਫਿਲਮ ਦੀਆਂ ਹੋਰ ਵੀ ਗੱਲਾਂ ਕਰਦੇ ਹਾਂ, ਤੇ ਇਹਨੂੰ ਬ੍ਰੇਕ ਤੋਂ ਬਾਅਦ ਵੀ ਤੁਸੀਂ ਲਗਾਤਾਰ ਇਗਨੋਰ ਕਰਦੇ ਰਹਿਣਾ, ਤੇ ਆਓ ਫਿਰ ਲੈ ਲਓ ਇੱਕ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ ਜੀ, ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ, ਤੇ ਅੱਜ ਸਾਡੇ ਕੋਲ ਸਟਾਰ, ਸਾਡੇ ਮਤਲਬ ਕਮਾਲ ਦੇ ਸਿੰਗਰ, ਹੈਂਡਸਮ ਔਰ ਕਮਾਲ ਦੇ ਐਕਟਰ ਜੱਸੀ ਗਿੱਲ ਭਾਜੀ ਸਾਡੇ ਸ਼ੋਅ ਦੇ ਵਿੱਚ ਅੱਜ ਵਿਰਾਜਮਾਨ ਨੇ, ਤੇ ਬੜਾ ਮਜ਼ਾ ਆ ਰਿਹਾ, ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਕਿਉਂਕਿ ਭਾਜੀ ਨਾਲ ਅੱਜ ਮੇਰੀ ਪਹਿਲੀ ਮੁਲਾਕਾਤ ਆ, ਔਰ ਭਾਈ ਨਾਲ ਗੱਲਾਂ ਕਰਕੇ ਬਹੁਤ ਸਾਰਾ ਮਜ਼ਾ ਆ ਰਿਹਾ ਸੀ, ਔਰ ਉਸ ਮਜ਼ੇ ਦੇ ਵਿੱਚ ਪਤਾ ਨਹੀਂ ਇੱਕ ਨਿੱਕੀ ਜਿਹੀ ਆਈਟਮ ਆ ਗਈ ਹੈ, ਪੁਰਾਣਾ ਬਿਠਾ ਲਈਏ, ਕੋਈ ਗੱਲ ਨਹੀਂ, ਜਾਣ ਲੱਗੇ ਪੈਸੇ ਜਾਣ ਲੱਗੇ ਭਾਜੀ, ਇਹੋ ਜਿਹੀਆਂ ਚੀਜ਼ਾਂ ਜੜਾਂ 'ਚ ਬਹਿੰਦੀਆਂ ਹੁੰਦੀਆਂ, ਤੁਸੀਂ ਨਾਲ ਬਿਠਾਉਣ ਲੱਗੇ, ਕੋਈ ਗੱਲ ਕਦੀ ਕਦੀ ਹੈਲੋ ਕੀ ਛੋਟੇ ਹਾਥੀ ਦੇ ਡਰਾਈਵਰ ਪਿੱਛੇ ਹੋ ਕੇ ਬਹਿ, ਤਿਆਰੀ ਹੁਣ ਤੋਂ ਚੱਲਣ ਡਈ, ਤਿਆਰੀ ਇਹਨੇ ਸ਼ੁਰੂ ਤੋਂ ਕੀਤੀ ਹੈ ਜੀ। ਮੈਂ ਭਾਈ ਨਾਲ ਗੱਲ ਕਰਨਾ ਚਾਹੁੰਦਾ ਜੀ। ਗੱਲ ਕਰਨਾ ਚਾਹੁੰਦਾ ਤੇ ਕਰ ਲਾ, ਪੈਸੇ ਨਾ ਮੰਗੀ, ਗੱਲ ਜਿੰਨੀ ਮਰਜ਼ੀ ਪੈਸੇ, ਪੈਸੇ ਦਾ ਕੰਮ ਨੀ, ਉਹ ਤਾਂ ਆਪਾਂ ਸਬਜ਼ੀ ਵੇਚੀ ਦੀ ਆ ਤਾਂ ਪੈਸੇ ਹੁੰਦੇ ਆ, ਆਪਾਂ ਮੰਗਣ ਵਾਲਾ ਕੰਮ ਹੈ ਨੀ, ਬਸ ਆਇਆ ਤਾਂ ਪੁੱਤਰ ਮੰਗਣੀ ਸੀ, ਤੂੰ ਜਿਸ ਸਪੀਡ ਨਾਲ ਆਇਆ।
ਉਹਦਾ ਫਿਰ ਚਲਾਨ ਬਣਦਾ ਸੀ ਨਾ ਤਾਂ ਕਰਕੇ ਚਲਾਨ ਓਏ ਉਹ ਹੋਮ ਗਾਰਡੀਏ ਦੇ ਮੁੰਡੇ ਕਿਹੜੇ ਹਿਸਾਬ ਨਾਲ ਚਲਾਨ ਪੈਂਦਾ ਜੀ ਉਹ ਫਿਲਮ ਹੈ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਇੱਧਰ ਗੱਲ ਕਰਨਾ ਭਾਈ ਗੱਲ ਦੱਸੋ ਹਾਂਜੀ ਗਾਣਾ ਕਰਨ 'ਚ ਕਿੰਨੇ ਕੁ ਪੈਸੇ ਲੱਗ ਜਾਂਦੇ ਜੀ ਤੁਸੀਂ ਗਾਣਾ ਕਰਨਾ ਵੀਰੇ ਹਾਂਜੀ ਫਿਰ ਮੈਂ ਕਰਨਾ ਚਾਹਵਾਂ ਜੀ ਗਾ ਕੇ ਸੁਣਾਇਓ ਮਾੜਾ ਜਿਹਾ ਕੁਛ ਗਾਣਾ ਗਾ ਦਈਏ ਫਿਰ ਹਾਂਜੀ ਤੇਰੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇਣੀ ਨਾ ਪੁੱਤਰ ਤੂੰ ਗਾਣਾ ਨਾ ਕਰ ਤੂੰ ਰਕਸ਼ਾ ਕਰ ਇੱਕ ਇੱਥੇ ਬਾਹਰੋਂ ਇੱਕ ਤਾਂ ਹੋਰ ਲਾਈਨ ਇਹਦਾ ਇੱਕੋ ਹੀ ਲਾਈਨ ਸੁਣੇ ਕੁਛ ਮਾੜਾ ਜੋੜ ਕੇ ਤੇਰਾ ਬਾਪੂ ਐ ਲਦੇੜ ਤਾਂ ਨਹੀਂ ਇਹ ਮੇਰੇ ਗਾਣੇ ਨੇ ਕੋਈ ਹੋਰ ਵਧੀਆ ਗਾਣਾ ਉਹ ਭਰਾਵਾ ਹੋਰ ਕੋਈ ਗਾਣਾ ਹੋਰ ਕੋਈ ਗਾਣਾ ਇਹ ਨਾ ਹੋਵੇ ਕਿ ਚਲਦੇ ਸ਼ੋਅ 'ਚ ਸਾਰਾ ਗੁੱਸਾ ਮੇਰੇ ਤੇ ਨਿਕਲ ਜਾਵੇ ਤੇ ਜੇ ਮੇਰਾ ਇੰਟਰਵਿਊ ਖਰਾਬ ਹੋਇਆ ਮੈਂ ਤੇਰਾ ਦੇਖੀ ਕੀ ਹਾਲ ਕਰਨਾ ਹੋਰ ਕਿਸੇ ਦਾ ਗਾਲਾ ਭਰਾਵਾ ਜੇ ਖਰਾਬ ਹੀ ਕਰਨਾ ਤਾਂ ਕਿਹੋਰ ਦਾ ਕਰ ਵੱਡਾ ਲੰਮਾ ਗਾਣਾ ਕਹਿੰਦੇ ਤੁਸੀਂ ਹਾਂ ਲੰਬਾ ਗਾਣਾ 8 ਕੁ ਘੰਟੇ ਦਾ ਸੁਣਾ ਲੰਬਾ 8 ਘੰਟੇ ਦਾ ਕਿਹੜਾ ਗਾਣਾ ਫਿਰ ਤੂੰ ਲੰਬਾ ਗਾਣਾ ਕਿਹੜਾ ਹੁੰਦਾ ਦੋ ਲੈਣਾ ਸਰ ਹਾਂ ਦੋ ਲੈਣਾ ਸਰ ਹਾਂ ਹਾਂ ਉਹ ਹੋ ਉਸਤਾਦ ਜੀ ਕੈਸਾ ਸੁਰ ਲਿਆ ਮਹਾਰਾਜ ਤੁਸੀਂ ਕਈ ਲਾਂਦੇ ਹੁੰਦੇ ਨਾ ਇਦਾਂ ਕਰਕੇ ਤਾਂ ਮੈਂ ਲਾਇਆ ਜੀ ਨਿਕਲਦਾ ਪਲੇਅਰ ਦਾ ਮੂੰਹ ਹੈ ਤੇਰਾ ਤੂੰ ਸੁਰ ਦੇਖ ਕੈਸਾ ਲਿਆ ਆ ਜਾ ਆ ਜਾ ਚੱਲ ਕਿਹੜਾ ਗਾਵਾ ਗਾੜਾ ਜੀ ਉਹ ਵੱਡਾ ਗਾਣਾ ਯਾਦ ਨਹੀਂ ਹੈਗਾ ਉਹ ਗੋਂਡੀਆ ਘਰ ਰੰਗੋਲੀ ਦੇਖਣ ਵਾਲਿਆ ਸੁਣਾ ਦੇ ਜਿਹੜਾ ਸਨਾਤਨ ਸੁਣਾਣਾ ਵਾ ਇੰਨਾ ਟਾਈਮ ਤਾਂ ਤੂੰ ਮੈਨੂੰ ਲੱਗਦਾ ਆਪਣੇ ਵਾਲ ਹੀ ਲਵਾ ਲਿਆ ਤੂੰ ਮੈਂ ਕੱਲਾ ਕੱਲਾ ਠੋਕਦਾ ਰਿਹਾ ਓਹਨੂੰ ਕਰ ਤਰਲੇ ਓਹਨੂੰ ਕਹਿ ਭਾਜੀ ਮੈਂ ਜਾਣਾ ਚਾਹੁੰਦਾ ਠੀਕ ਹੈ ਹੁਣ ਮੈਂ ਗੱਲ ਕਰ ਲਾ ਮਾੜੀ ਜੀ ਕਰ ਲੋ ਕੋਸ਼ਿਸ਼ ਕਰਨੀ ਹੈ ਕਿ ਆਪਣਾ ਗੱਟੂ ਵਰਗਾ ਮੂੰਹ ਪਿੱਛੇ ਰੱਖਣਾ ਹੈ ਇੱਧਰ ਆਈ ਕੰਟੈਕਟ ਚੱਲਣ ਦੇਣਾ ਮੇਰਾ ਹਾਂਜੀ ਭਾਈ ਆਪਾਂ ਪੁੱਛ ਰਹੇ ਸੀ ਮੈਂ ਤੁਹਾਨੂੰ ਕਿ ਆਪਣਾ ਤੁਸੀਂ ਦੱਸ ਰਹੇ ਕਿ ਜੱਸੀ ਗਿੱਲ ਦੇ ਵਿੱਚ ਇੱਕ ਐਕਟਰ ਕਦੋਂ ਆਏ ਜੱਸੀ ਗਿੱਲ ਨੂੰ ਕਿੱਦਾਂ ਪਤਾ ਲੱਗਾ ਕਿੰਨੇ ਦੱਸਿਆ ਭਾਜੀ ਮੈਨੂੰ ਨਹੀਂ ਪਤਾ ਸੀਗਾ ਪਹਿਲਾਂ ਇਹ ਚੀਜ਼ ਦਾ ਮੈਂ ਜਦੋਂ ਆਪਣੇ 2011 'ਚ ਮੇਰੀ ਐਲਬਮ ਆਈ ਆ ਅਤੇ 2012 ਦੇ ਵਿੱਚ ਮੈਂ ਜਿਹੜੀ ਐਲਬਮ 'ਚ ਲੈਂਸਰ ਗਾਣਾ ਸੀਗਾ ਜੀ ਜੀ ਲੈਂਸਰ ਉਦੋਂ ਮੈਨੂੰ ਵਿਰਸਾ ਆਰਟਸ ਤੋਂ ਮਿਲੇ ਸੀ ਮੁੰਡੇ ਰਵਿੰਦਰ ਖਹਿਰਾ ਅਤੇ ਨਵਜੀਤ ਬੁੱਟਰ ਜਿਹੜੇ ਵੀਡੀਓਜ਼ ਕਰਦੇ ਸੀ ਰਾਈਟ ਸੋ ਉਸ ਟਾਈਮ ਤੱਕ ਮੈਨੂੰ ਨਹੀਂ ਪਤਾ ਸੀਗਾ ਕਿ ਵੀਡੀਓ ਮੈਨੂੰ ਪਤਾ ਸੀ ਕਿ ਵੀਡੀਓ ਚੱਲ ਵੀਡੀਓ ਡਰ ਲੱਗਦਾ ਸੀ ਕੈਮਰੇ ਮੂਹਰੇ ਜਾਣਾ ਕਿਵੇਂ ਕਿਵੇਂ ਨਹੀਂ ਅਤੇ ਥੋੜ੍ਹੀ ਬਹੁਤ ਮੈਂ ਲੈਂਸਰ 'ਚ ਐਕਟਿੰਗ ਕੀਤੀ ਸੀਗੀ ਐਕਟਿੰਗ ਮਤਲਬ ਇੱਕ ਸ਼ਰੀਫ ਜਿਹਾ ਮੁੰਡਾ ਜਿਹੜਾ ਕਾਲਜ 'ਚ ਪੜ੍ਹਦਾ ਜਿਵੇਂ ਜਿਵੇਂ ਮੈਨੂੰ ਕਹੀ ਗਿਆ ਮੈਂ ਕਰੀ ਗਿਆ ਅਤੇ ਉਸ ਟਾਈਮ ਉਸ ਤੋਂ ਬਾਅਦ ਇੱਕ ਦੂਸਰਾ ਗਾਣਾ ਕੀਤਾ ਜਿਹੜੀ ਤੇਰੀ ਜੇ ਨਾ ਹੋਈ ਉਸ ਐਲਬਮ ਦਾ ਸੀ ਉਹ 'ਚ ਵੀ ਥੋੜ੍ਹੀ ਜਿਹੀ ਉਹ ਹੋਇਆ ਅਤੇ ਉੱਥੋਂ ਮੈਨੂੰ ਜਦੋਂ ਫਿਲਮ ਆਫਰ ਹੋਈ ਪੰਜਾਬੀ ਤਾਂ ਮੈਂ ਬਹੁਤ ਡਰਿਆ ਸੀ ਮੈਨੂੰ ਜੀ ਪਤਾ ਨਹੀਂ ਹੋਊਗਾ ਪਤਾ ਨਹੀਂ ਹੋਊਗਾ ਵੀ ਮੈਨੂੰ ਨਹੀਂ ਲੱਗਦਾ ਮੈਂ ਐਕਟਿੰਗ ਕਰਦੇ ਮੈਂ ਤਾਂ ਸਿਰਫ ਗਾਣਾ ਉਹ ਕਹਿੰਦੇ ਵੀ ਸਿਰਫ ਇਹੀ ਚੀਜ਼ ਆ ਵੀ ਪਰ ਜਦੋਂ ਤੁਸੀਂ ਇਹਨੂੰ ਅਸੀਂ ਵੀ ਡਾਇਲੋਗ ਬੋਲਣੇ ਤਾਂ ਇੱਦਾਂ ਕਰਕੇ ਹੋ ਜੂਗਾ ਪਰ ਜਦ ਤੱਕ ਮੈਨੂੰ ਐਂ ਸੀਗਾ ਵੀ ਇਹ ਡਿਫਰੈਂਟ ਹੋਊਗਾ ਚੀਜ਼ ਕੰਮ ਅਤੇ ਉਹ ਜਦੋਂ ਮੈਂ ਫਿਲਮ ਕੀਤੀ ਉਹ ਕਰਨ ਦੇ ਦੌਰਾਨ ਮੈਨੂੰ ਇਹ ਚੀਜ਼ ਕੀਤੀ ਬੀਨੂ ਬਾਈ ਸੀ ਨਾਲ ਭੱਲਾ ਜੀ ਇੰਨੇ ਐਕਸਪੀਰੀਅੰਸ ਸਾਰੇ ਬੰਦੇ ਸਭ ਨਾਲ ਹਾਂਜੀ ਸਭ ਨਾਲ ਕੰਮ ਕਰਕੇ ਤਾਂ ਮੈਨੂੰ ਉਹਨਾਂ ਨੇ ਦੱਸਿਆ ਕਿ ਵੀ ਤੂੰ ਬਹੁਤ ਨੈਚੁਰਲ ਆ ਤੂੰ ਵਧੀਆ ਕੰਮ ਕਰ ਰਿਹਾ ਤੂੰ ਇਹਨੂੰ ਇੱਦਾਂ ਹੀ ਰੱਖ ਫਿਰ ਮੈਨੂੰ ਥੋੜ੍ਹਾ ਕੌਨਫੀਡੈਂਸ ਆਇਆ ਫਿਰ ਫਿਲਮ ਜਦੋਂ ਰਿਲੀਜ਼ ਹੋਈ ਉਸ ਤੋਂ ਬਾਅਦ ਮੈਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿ ਇਤਨਾ ਵਧੀਆ ਕੰਮ ਸੀ ਫਿਰ ਇੱਦਾਂ ਹੀ ਸ਼ੁਰੂ ਮੇਰੀ ਹੋਈ ਗਾਣਿਆਂ ਦੇ ਨਾਲ ਗਾਣਿਆਂ 'ਚ ਐਕਟਿੰਗ ਕਰਕੇ ਜੀ 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 ਅਤੇ ਉਹਦੇ ਨਾਲ ਆਪ ਨੂੰ ਇਹ ਪਤਾ ਲੱਗਦਾ ਸੋਰੀ ਮੈਂ ਮਾਫੀ ਚਾਹਾਂਗਾ ਉਹ ਗਾਣਾ ਮੈਨੂੰ ਬੋਲ ਨਹੀਂ ਯਾਦ ਜਿੱਥੇ ਤੁਸੀਂ ਫੌਜੀ ਦਾ ਕਰੈਕਟਰ ਹਾਂਜੀ ਤੇਰੀ ਜੇ ਨਾ ਹੋਈ ਉਹੀ ਮੈਂ ਗੱਲ ਕਰਦਾ ਜੀ ਉਹ ਦੂਸਰਾ ਮੇਰਾ ਦੂਸਰਾ ਗਾਣਾ ਪਹਿਲੇ ਮੈਨੂੰ ਲੱਗਾ ਗਾਣਾ ਕਿਸੇ ਸਿੰਗਰ ਨੇ ਗਾਇਆ ਮੁੰਡੇ ਨੇ ਮਾਡਲ ਨੇ ਐਕਟਰਿੰਗ ਬੜੀ ਜੋਰ ਹਾਂਜੀ ਉਹ ਮੇਰਾ ਥੌਟ ਆਇਆ ਸੀ ਉਦੋਂ ਉੱਥੋਂ ਸ਼ੁਰੂ ਹੋਇਆ ਤੇ ਫਿਰ ਮੈਂ ਹਮੇਸ਼ਾ ਇੰਟਰਵਿਊਸ ਵੀ ਇਦਾਂ ਕਹਿਣਾ ਹੁੰਦਾ ਕਿ ਸਿੰਗਰ ਮੈਨੂੰ ਪਤਾ ਸੀ ਕਿ ਮੈਂ ਸਿੰਗਰ ਮੈਂ ਗਾ ਲੈਣਾ ਜਾਂ ਮੈਂ ਉਹ ਨੈਚੁਰਲ ਸੀ ਐਕਟਿੰਗ ਮੈਨੂੰ ਦੱਸੀ ਗਈ ਕਿ ਤੂੰ ਇਹ ਕਰ ਸਕਦਾ ਤੇਰੇ ਅੰਦਰ ਹੈ ਸੋ ਉਹ ਚੀਜ਼ ਨੂੰ ਮੈਂ ਹੁਣ ਤੱਕ ਕੰਮ ਕਰਦਾ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਜਿਵੇਂ ਆਈਡੀਆ ਹੋ ਗਿਆ ਕਿ ਮੈਂ ਕਰ ਸਕਦਾ ਥੋੜ੍ਹਾ ਜਦੋਂ ਤੁਹਾਨੂੰ ਐਪਰੀਸੀਏਸ਼ਨ ਮਿਲਣ ਲੱਗ ਜਾਂਦੀ ਆ ਤੁਹਾਨੂੰ ਚੰਗੇ ਬੰਦਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਤੁਸੀਂ ਸਿੱਖਦੇ ਉਹਨਾਂ ਤੋਂ ਸੋ ਇੱਦਾਂ ਕਰਦੇ ਕਰਦੇ ਮੈਂ ਫਿਲਮਾਂ ਕਰਦਾ ਗਿਆ ਫਿਰ ਮੈਨੂੰ ਇਹ ਫਿਰ ਮੈਂ ਉਹ ਚੀਜ਼ ਸਿੱਖਣੀ ਸਟਾਰਟ ਕਰਤੀ ਮੈਂ ਅਬਜ਼ਰਵ ਕਰਨਾ ਸ਼ੁਰੂ ਕਰਤਾ ਮੈਂ ਫਿਰ ਇਸ ਤਰੀਕੇ ਨਾਲ ਦੇਖਣਾ ਸ਼ੁਰੂ ਕਰਤਾ ਕਿ ਇਹ ਚੀਜ਼ ਮੈਂ ਕੰਮ ਮੇਰਾ ਕੰਮ ਆ ਮੈਂ ਕਰਨਾ ਸੋ ਇੱਦਾਂ ਹੀ ਕਰਦੇ ਕਰਦੇ ਫਿਰ ਮੈਂ ਹੁਣ ਪਿਛਲੀ ਫਿਲਮ 'ਚ ਕੁੜੀ ਦਾ ਰੋਲ ਵੀ ਕੀਤਾ ਮੈਂ ਭਾਈ 400 ਵੀ ਰਿਟਰਨ ਹਾਂਜੀ ਮਤਲਬ ਸੱਚੀ ਭਾਈ 3 ਕੁ ਮਿੰਟ ਵਾਸਤੇ ਮੈਨੂੰ ਵੀ ਪਿਆਰ ਹੋ ਗਿਆ ਮੈਂ ਤੁਹਾਨੂੰ ਐਵੇਂ ਕਹਾਂ ਮਤਲਬ ਯੂ ਆਰ ਇੰਨਾ ਨੈਚੁਰਲ ਸੀ ਨਾ ਤੁਸੀਂ ਇੰਨੇ ਨੈਚੁਰਲ ਸੀਗਾ 2 ਮਿੰਟ ਤੇ ਈਵਨ ਮੇਰੇ ਫੈਮਿਲੀ ਦੇ ਵਿੱਚ ਉਹਨਾਂ ਕਹਿੰਦੇ ਨਹੀਂ ਨਹੀਂ ਜੱਸੀ ਗੱਲ ਥੋੜ੍ਹੀ ਆਖਰ ਗੌਰ ਨਾਲ ਦੇਖੋ ਤੁਸੀਂ ਜਾਂ ਉਹਨਾਂ ਨੇ ਸੂਟ ਬੜੇ ਸੋਹਣੇ ਬਣਾਏ ਨਹੀਂ ਫਿਰ ਉੱਥੇ ਉਹੀ ਮੈਨੂੰ ਦੱਸਦਾ ਸੀ ਕਿ ਫਿਰ ਹੌਲੀ ਹੌਲੀ ਮੈਨੂੰ ਇੱਦਾਂ ਲੱਗਣ ਲੱਗ ਗਿਆ ਕਿ ਜਿਹੜਾ ਹੁਣ ਤੱਕ ਮੈਂ ਕੰਮ ਕੀਤਾ ਉਹ ਸ਼ਾਇਦ ਮੈਂ ਆਪਣੇ ਆਪ ਨੂੰ ਚੈਲੰਜ ਕਰਨ ਦੇ ਲਈ ਐਗਜ਼ੈਕਟਲੀ ਕੁੜੀ ਦਾ ਕਰੈਕਟਰ ਤਾਂ ਕਾਫੀ ਚੈਲੰਜਿੰਗ ਸੀ ਤੁਹਾਡੇ ਲਈ ਹਾਂਜੀ ਮੈਂ ਉਸ ਤੋਂ ਪਹਿਲਾਂ ਜਿੰਨਾ ਕੰਮ ਕੀਤਾ ਸੀ ਉਹ ਇਦਾਂ ਮੈਨੂੰ ਲੱਗਦਾ ਸੀ ਕਿ ਜੋ ਮੈਂ ਫੀਲ ਕਰਦਾ ਮੈਂ ਉਹ ਐਕਸਪ੍ਰੈਸ ਕਰਾਂ ਸਕਰੀਨ ਦੇ ਉੱਤੇ
ਜੋ ਇਸ ਸੀਨ ਬਾਰੇ ਜਾਂ ਇਸ ਕਰੈਕਟਰ ਬਾਰੇ ਮੈਂ ਫੀਲ ਕਰਦਾ, ਮਤਲਬ ਜੋ ਮੇਰੇ ਅੰਦਰ ਸੀਗਾ। ਫਿਰ ਇਹ ਇਹ ਜਿਹੜੀ ਇਹ ਫਿਲਮ ਨੇ ਮੈਨੂੰ ਇੰਨਾ ਕੁ ਇਹਨੇ ਕੋਨਫੀਡੈਂਸ ਦਿੱਤਾ ਜਾਂ ਮੈਨੂੰ ਇੰਨਾ ਖੋਲ੍ਹਿਆ, ਇੱਥੇ ਮੈਨੂੰ ਪਤਾ ਲੱਗਿਆ ਕਰੈਕਟਰ ਕੀ ਹੁੰਦਾ ਕਿ ਐਕਟਰ ਕੀ ਹੁੰਦਾ, ਤੁਸੀਂ ਕੀ ਕਰ ਸਕਦੇ ਹੋ ਕਰੈਕਟਰ ਨੂੰ ਉਸ ਦੂਸਰੇ ਕਰੈਕਟਰ 'ਚ ਕਿੱਦਾਂ। ਹਾਂਜੀ, ਕਿਉਂਕਿ ਉਹ ਬਿਲਕੁਲ ਡਿਫਰੈਂਟ ਹੋ ਗਿਆ ਨਾ ਜੀ, ਉਹ ਮਤਲਬ ਮੁੰਡੇ ਨੂੰ ਕੁੜੀ ਦਾ ਰੋਲ ਕਰਨਾ, ਮੇਰਾ ਤਵਾ ਬਹੁਤ ਲੱਗਿਆ ਇਸ ਗੱਲ 'ਤੇ, ਮੈਂ ਬਹੁਤ ਦੇਖਦਾ ਰਹਿੰਦਾ ਸੀਗਾ ਮੈਨੂੰ ਹਰ ਰੋਜ਼। ਹਾਂਜੀ, ਮੈਨੂੰ ਪਹਿਲਾਂ ਡਰ ਵੀ ਹੁੰਦਾ ਸੀ ਕਿ ਮੇਰਾ ਤਵਾ ਲੱਗੂਗਾ, ਫਿਰ ਜੇ ਮੈਂ ਆਪਣੇ ਪੰਜਾਬੀ ਭਾਅ ਜੀ ਅਸੀਂ ਕਲਾਕਾਰ ਲੋਕ ਹਾਂ ਸਾਨੂੰ ਤਾਂ ਤਵੇ ਦਾ ਵੀ ਮਜ਼ਾ ਆਉਂਦਾ। ਮੈਂ ਤਾਂ ਉਹੀ ਕਹਿਣ ਲੱਗਾ, ਫਿਰ ਮੈਂ ਜਦੋਂ ਫਿਰ ਮੈਂ ਸੋਚਿਆ ਯਾਰ ਵੀ ਆਪਣੇ ਪੰਜਾਬੀ 'ਚ ਬਹੁਤ ਜਾਣੇ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਜੇ ਨੱਚਣ ਲੱਗ ਗਈ ਤਾਂ ਘੁੰਡ ਕਾਹਦਾ ਨਾ। ਸੋ ਫਿਰ ਮੈਂ ਸੋਚਿਆ ਕਿ ਮੇਰਾ ਤਾਂ ਕੰਮ ਹੈ ਇਹ। ਸੁਪਰ ਭਾਅ ਜੀ, ਸੁਪਰ ਭਾਅ ਜੀ, ਮੈਂ ਕਹਿੰਦਾ ਹੁਣ ਆਪਾਂ ਇੱਕ ਗੀਤ ਸੁਣ ਲਈਏ, ਮੇਰਾ ਬੜਾ ਜੀਅ ਕਰਦਾ ਕਿ ਹਾਈ ਐਂਡ ਯਾਰੀਆਂ ਦਾ ਇੱਕ ਗੀਤ ਆ ਜਾਵੇ, ਤਾਂ ਥੋੜਾ ਸਰਕਾਰ ਤੁਸੀਂ ਵੀ ਥੋੜੀ ਇੱਜ਼ਤ ਨਾਲ ਬੈਠੋ ਕਿ ਤੁਹਾਨੂੰ ਗੋਡੇ ਫੇਰ ਆ ਸੁਣਾਇਓ ਯਾਰ ਗੀਤ ਵਧੀਆ ਜਿਹਾ ਸਾਨੂੰ ਫਿਲਮ ਦਾ। ਮੈਂ ਸੁਣਾਵਾਂ ਕਿ ਉਹ ਸੁਣਾਉਣ ਲੱਗਿਆ ਭਾਈ, ਜਿੱਦਾਂ ਕਰ ਜਿੱਦਾਂ ਤੁਹਾਡਾ ਦਿਲ ਕਰਦਾ। ਉਹ ਮੇਰੇ ਦਿਲ ਨੂੰ ਹੋਣ ਲੱਗਿਆ ਏ ਕਿ ਨਹੀਂ ਪਤਾ, ਸਭ ਬਦਲਿਆ ਬਦਲਿਆ ਲੱਗਦਾ ਏ ਕਿਉਂ ਨਹੀਂ ਪਤਾ, ਉੱਠਦੇ ਬਹਿੰਦੇ ਜਾਗਦੇ ਸੌਂਦੇ ਕੋਈ ਖਾਬਾਂ ਵਾਲਾ ਮਹਿਲ ਬਣਾਈ ਜਾਂਦਾ ਏ, ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ, ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ, ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ, ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ। ਇੰਨੀ ਪਿਆਰੀ ਆਵਾਜ਼, ਇੰਨੀ ਮਿੱਠੀ ਆਵਾਜ਼, ਮੈਨੂੰ ਇੱਕ ਮਿੰਟ ਲਈ ਇੱਦਾਂ ਲੱਗਾ ਕਿਸੇ ਨੇ ਡੇਢ ਕਿਲੋ ਖੰਡ ਮੇਰੇ ਕੰਨਾਂ 'ਚ ਪਾਤੀ ਹੈ। ਤੈਨੂੰ ਫਿਲਮ ਐਕਟਰ ਦੇ ਸਪੈਲਿੰਗ ਸੁਣਾ। ਐਕਟਰ ਐਕਟਰ ਏ ਹਾਂ ਏ ਸੀ ਨਹੀਂ 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 ਕੇ ਐਕ ਪੱਕਾ ਹਾਂ ਹਾਂ ਏ ਕੇ ਪੰਜਾਬੀ ਚ ਸੁਣਾ, ਪੰਜਾਬੀ ਚ, ਪੰਜਾਬੀ ਚ ਸੁਣਾ, ਪੰਜਾਬੀ ਮਤਲਬ ਹਾਂ ਪੰਜਾਬੀ ਚ ਸੁਣਾ ਐਕਟਰ ਦੇ ਸਪੈਲਿੰਗ। ਅੱਧਾ ਉਹ ਕੰਨੜ ਜੇ ਟਿੱਪੀ ਸਿਆ ਟਿੱਪੀ ਟੁੱਪੀ ਨਾ ਕਰ, ਮਤਲਬ ਉਹਨੂੰ ਪ੍ਰੋਪਰ ਸਮਝਾ। ਪੰਜਾਬੀ ਆਉਂਦੀ ਹੈ ਨਾ ਤੈਨੂੰ? ਆਉਂਦੀ ਹੈ, ਲਿਖਣੀ ਆਉਂਦੀ ਹੈ, ਹੁਣ ਮੈਂ ਉਹ ਕਿਵੇਂ ਬੋਲਣੀ ਨਹੀਂ ਆਉਂਦੀ ਵੀ ਅੱਖਰਾ ਕਿਹੜਾ ਉਹਦਾ, ਪੁੱਠੇ ਉੜੇ ਵਰਗਾ ਮੂੰਹ ਤੇਰਾ। ਆ ਆ ਤੁਸੀਂ ਇੰਗਲੈਂਡ ਲਾ ਕੇ ਆਇਓ? ਹਾਂਜੀ ਹਾਂਜੀ, ਇੰਗਲੈਂਡ ਕੀ ਦਿਹਾੜੀਆਂ ਲਾ ਕੇ ਆਏ? ਕੀ ਗੱਲ ਹੋਈ ਤੁਸੀਂ ਇੰਗਲੈਂਡ ਲਾ ਕੇ? ਫਿਲਮ ਕਰਕੇ ਆਇਓ, ਇੰਗਲੈਂਡ ਹੀ ਹੋਈ ਆ ਮੈਂ ਦੇਖੀ ਸ਼ੂਟ। ਤੇ ਪੁੱਤਰ ਸਕੂਲ ਤਾਂ ਇੱਥੇ ਇੰਡੀਆ 'ਚ ਵੀ ਹੈਗੇ, ਇੱਥੋਂ ਪੜ੍ਹ ਲੈਂਦਾ ਕਿਤੇ। ਏ ਹਾਂਜੀ ਸੀ ਕੇ ਤਾਂ ਨਹੀਂ ਪੱਕਾ, ਮੈਨੂੰ ਸੀ ਆਈ ਜਾਂਦਾ ਖਾ ਕੇ। ਸੀ ਆਂਦਾ ਨਾ ਪੁੱਤਰ ਬਾਹਰ ਕਰਕੇ ਤੇ ਗਾਂਦੇ ਨਾ ਭਾਈ। ਨਹੀਂ ਉਹ ਸੀ ਨਹੀਂ ਆਂਦਾ ਮੈਨੂੰ, ਮੈਂ ਉਹ ਐਕਟਰ ਦਾ ਸੀ। ਹਾਂ ਅੱਛਾ, ਕਿਹੜੇ ਐਕਟਰ ਦਾ ਸੀ? ਆ ਵੀ ਕਹਦੇ ਐਕਟਰ ਦਾ ਸੀ, ਐਕਟਰ ਦਾ ਸਪੈਲਿੰਗ ਸੀ। ਜਿੱਦਾਂ ਤੂੰ ਕਨਫਿਊਜ਼ ਵਿੱਚ ਹੋ ਗਿਆ, ਮੈਨੂੰ ਲੱਗਦਾ ਤੂੰ ਪਹਿਲੇ ਦਿਨ ਸ਼ੂਟਿੰਗ ਤੇ ਪਹੁੰਚੇਗਾ ਕਿ ਤੂੰ ਫਿਲਮ ਬਣਾ ਵੀ। ਮਸਾ ਮਸਾ ਯਾਦ ਹੈ, ਤੁਸੀਂ ਉਹ ਵੀ ਭੁਲਾ ਦੇਣੀ ਹੈ ਜੀ। ਉਹ ਪੁੱਤਰ ਮੇਰੀ ਗੱਲ ਸੁਣ, ਪਤਾ ਕੀ ਹੈ, ਜੇ ਤੈਨੂੰ ਫਿਲਮ ਮਿਲ ਵੀ ਗਈ ਨਾ, ਐਕਚੁਅਲ ਬਜਟ ਵੱਧ ਜਾਣਾ। ਹਾਂ ਜਿੱਥੇ ਜਿੱਥੇ ਲੋਕੇਸ਼ਨ ਚੇਂਜ ਹੋਣੀ, ਉਹਨਾਂ ਨੂੰ ਇਹ ਗਿੱਟਾਂ ਦਾ ਚੱਕਰ ਰੱਖਣਾ ਪੈਣਾ। ਅੱਛਾ ਚੱਲ ਛੱਡ, ਆਪਾਂ ਤੇਰੇ ਦਿਲ ਦੀ, ਮੈਨੂੰ ਤੂੰ ਇਹ ਦੱਸ ਮਾੜਾ ਜਿਹਾ, ਸਿਰਫ ਇੱਕ ਸਵਾਲ ਤੈਨੂੰ ਮੈਂ ਪੁੱਛ ਲੈਣਾ। ਜੇ ਤੈਨੂੰ ਫਿਲਮ ਮਿਲ ਗਈ, ਆਪੋਜ਼ਿਟ ਕਿਹੜੀ ਹੀਰੋਇਨ ਹੋਵੇ? ਬਸ ਸੋਹਣੀ। ਇਹ ਤਾਂ ਫਿਰ ਉਹੀ ਗੱਲ, ਫਿਰ ਚੰਡਾ ਖਾਣ ਵਾਲੀ ਗੱਲ ਹੋਈ ਨਾ ਫਿਰ। ਨਹੀਂ, ਇਹ ਤਾਂ ਫਿਰ ਡਾਇਰੈਕਟ ਕੈਮਰੇ ਸਾਹਮਣੇ ਥੱਪੜ ਖਾਣ ਵਾਲੀ ਗੱਲ ਹੋਈ। ਸੋਹਣੀ ਦਾ ਕੀ ਮਤਲਬ ਆ? ਸੋਹਣੀ ਦਾ ਤੇਰੇ ਨਾਲ ਥੋੜੀ ਥੋੜੀ ਨੀਰੂ ਬਾਜਾ ਰਜੀ ਰਹੇ ਤੇਰੇ ਨਾਲ। ਮਸਲਾ ਹੱਲ ਕਰਾਂਗੇ, ਟੈਨਸ਼ਨ ਨਾ ਲੈ, ਤੈਨੂੰ ਐਕਟਰ ਵੀ ਬਣਾਵਾਂਗੇ ਤੇ ਕਿਸੇ ਟਰੈਕਟਰ ਥੱਲੇ ਵੀ ਕਰਾਂਗੇ ਥੋੜਾ ਜਿਹਾ। ਅੱਛਾ ਭਾਈ, ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸੀਗਾ ਕਿ ਜਿਸ ਤਰ੍ਹਾਂ ਇਸ ਫਿਲਮ ਦੇ ਵਿੱਚ ਮੈਂ ਤੁਹਾਡੇ ਦੋ ਸ਼ੇਡਸ ਦੇਖੇ ਆ, ਇੱਕ ਸ਼ੇਡਸ ਉਹ ਸ਼ਿਕਾਰੀ ਵਾਲਾ ਹਨਾ, ਜਿੱਥੇ ਤੁਸੀਂ ਕਾਫੀ ਮਤਲਬ ਸਪੀਡ ਜੀ 'ਚ ਤੁਹਾਡੀ ਕਾਫੀ ਹੈ, ਪੁੱਛਣ ਦੀ ਸਪੀਡ ਵੀ ਇੰਨੀ ਹੈ ਕਿ ਕੁੜੀ ਨੂੰ ਅਜੇ ਗੱਡੀ 'ਚ ਬਿਠਾਇਆ ਤੇ ਉਹਨੂੰ ਕਹਿੰਦੇ ਹਾਂਜੀ ਜੀ ਕਿ ਮਤਲਬ ਕੀ ਹਿਸਾਬ ਕਿਤਾਬ ਬੁਆਏਫ੍ਰੈਂਡ ਹੈਗਾ ਤੁਹਾਡਾ, ਇਹ ਭਾਜੀ ਇੰਨੀ ਸਪੀਡ ਕਿੱਥੋਂ? ਮਤਲਬ ਤੁਸੀਂ ਸਪੀਡ ਲਈ ਫਿਲਮ 'ਚ ਹੀ ਆਈ ਸਪੀਡ? ਉਂਝ ਨਹੀਂ ਹੈਗੀ, ਉਂਝ ਨਹੀਂ ਹੈਗੀ, ਨਹੀਂ ਉਂਝ ਨਹੀਂ, ਮਤਲਬ ਸੱਚੀ ਗਰਲਫ੍ਰੈਂਡ ਨਹੀਂ ਹੈਗੀ ਤੁਹਾਡੀ? ਹੈ ਨਹੀਂ ਨਹੀਂ, ਮੇਰਾ ਮਤਲਬ ਇੰਨੀ ਸਪੀਡ ਪੁੱਛਣ ਨਹੀਂ, ਨਹੀਂ ਦੇ ਵਿੱਚ ਕਲੀਅਰ ਹੋ ਗਿਆ ਕਿ ਤਾਂ ਮਤਲਬ ਹੈ ਤੇ ਆ।
ਇਹ ਪਕੜਾ ਨਹੀਂ ਨਹੀਂ ਏਦਾਂ ਦੀ ਗੱਲ ਨਹੀਂ ਬੰਦਾ ਵਿਚਾਰਾ ਕਲੀਅਰ ਕਰਦੇ ਕਰਦੇ ਫੜਿਆ ਜਾਂਦਾ ਕਈ ਵਾਰੀ ਬਟ ਨਹੀਂ ਇੰਨਾ ਸਵੀਟ ਹੋਵੇ ਭਾਜੀ ਇਹ ਤਾਂ ਚਲੋ ਤੁਹਾਡੇ ਤੁਹਾਡੀ ਆਪਣੀ ਗਰਲਫ੍ਰੈਂਡ ਹੋਊਗੀ ਠੀਕ ਹੈ ਅੱਛਾ ਪਰ ਜਿੰਨੇ ਜਿੰਨੀਆਂ ਕੁੜੀਆਂ ਦੇ ਕ੍ਰਸ਼ ਹੋ ਤੁਸੀਂ ਜਿੰਨਾ ਮਤਲਬ ਕੁੜੀਆਂ ਮੈਂ ਤਾਂ ਦੋ ਦਿਨ ਬੇਹੋਸ਼ ਹੁੰਦੀਆਂ ਵੀ ਦੇਖੀਆਂ ਔਰ ਜੱਸੀ ਗਿੱਲ ਜੀ ਐਂ ਨਿਕਲ ਮਾੜਾ ਜਿਹਾ ਕੁੜੀਆਂ ਹਾਏ ਹੋ ਜੱਸੀ ਐ ਹੋ ਜਾਂਦੀਆਂ ਹੈ ਮੈਨੂੰ ਕਿ ਭਈ ਪੁੱਤਰ ਤਿੰਨ ਸਦੀਆਂ ਵੀ ਲਾ ਲੇਗਾ ਤੂੰ ਨਹੀਂ ਬਣ ਸਕਦਾ ਬੜੀ ਮਿਹਨਤ ਦੀ ਲੋੜ ਆ ਠੀਕ ਹੈ ਹੁਣ ਬ੍ਰੇਕ ਮੈਂ ਲਵਾਂ ਤੇ ਆਪਣਾ ਹੈਂਡ ਬ੍ਰੇਕਰ ਦਾ ਮੂੰਹ ਲੈ ਕੇ ਤੂੰ ਲਏਗਾ ਤੁਸੀਂ ਲੋ ਆਪਣੇ ਹੈਂਡ ਬ੍ਰੇਕਰ ਮਤਲਬ ਤੁਸੀਂ ਲੋ ਆਪਣੇ ਯਾਰ ਕੋਈ ਇੱਜ਼ਤ ਨਹੀਂ ਐਂਕਰ ਦੀ ਚਲੋ ਕੋਈ ਨਹੀਂ ਅਸੀਂ ਜੱਸੀ ਭਾਈ ਨੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਆਓ ਇੱਕ ਵਾਰੀ ਫਿਰ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਅਸੀਂ ਹੋਰ ਵੀ ਫਿਲਮ ਦੀਆਂ ਗੱਲਾਂ ਕਰਾਂਗੇ ਅਤੇ ਪੁੱਛਾਂਗੇ ਬਹੁਤ ਸਾਰੀਆਂ ਗੱਲਾਂ ਭਾਈ ਕੋਲੋਂ ਫਿਲਮ ਬਾਰੇ ਅਤੇ ਆਓ ਫਿਰ ਲੈਣ ਇੱਕ ਛੋਟਾ ਬ੍ਰੇਕ ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ ਅਤੇ ਅੱਜ ਸਾਡੇ ਕੋਲ ਸਪੈਸ਼ਲੀ ਟਾਈਮ ਕੱਢ ਕੇ ਅਤੇ ਇਹ ਕਿਸੇ ਦੀ ਘੜੀ ਕੱਢ ਕੇ ਆਹ ਜਿਹੜਾ ਵਿੱਚ ਵਾਲਾ ਬੰਦਾ ਬੈਠਾ ਇਹ ਧੱਕੇ ਨਾਲ ਆਇਆ ਅਤੇ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸਾਡੇ ਜੱਸੀ ਗਿੱਲ ਭਾਅ ਜੀ ਅੱਜ ਆਏ ਨੇ ਭਾਅ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ ਅਤੇ ਫਿਲਮ ਦੀ ਗੱਲ ਕਰ ਰਹੇ ਸੀ ਮੈਂ ਸ਼ੇਡ ਦੀ ਗੱਲ ਕਰ ਰਿਹਾ ਸੀ ਭਾਅ ਜੀ ਜਿਹੜਾ ਤੁਸੀਂ ਸ਼ੇਡ 'ਚ ਟਰਨਓਵਰ ਕੀਤਾ ਉਹ ਕਰੈਕਟਰਸ ਦੇ ਵਿੱਚ ਖੇਡਣ 'ਚ ਕਿੰਨੀ ਕੁ ਔਖ ਆਉਂਦੀ ਹੈ ਤੁਹਾਨੂੰ ਤੁਹਾਨੂੰ ਐਂ ਲੱਗਦਾ ਕਿ ਉਹ 'ਤੇ ਕੋਈ ਸਪੈਸ਼ਲ ਵਰਕ ਕਰਨਾ ਪੈਂਦਾ ਜਾਂ ਉਸ ਕਰੈਕਟਰ 'ਤੇ ਕੋਈ ਸਪੈਸ਼ਲ ਵਰਕ ਆਹ ਤਾਂ ਰੀਅਲ ਲਾਈਫ 'ਚ ਤੁਸੀਂ ਹੈ ਨਹੀਂ ਜਿਹੜਾ ਤੁਸੀਂ ਦੱਸਿਆ ਸ਼ਿਕਾਰੀ ਜੀ ਉਹ ਮੈਂ ਹੈ ਨਹੀਂ ਜੀ ਅਤੇ ਜਿਹੜੇ ਦੂਸਰੇ ਉਹ ਹੈਗੇ ਹੋ ਜਿਹੜਾ ਦੂਸਰਾ ਸ਼ੇਡ ਹਾਂ ਇਮੋਸ਼ਨਲ ਮੈਂ ਹੈਗਾ ਬਹੁਤ ਜ਼ਿਆਦਾ ਕਿ ਚੀਜ਼ਾਂ ਦੂਸਰੇ ਸ਼ੇਡ ਦੇ ਵਿੱਚ ਇਹੀ ਹੈ ਕਿ ਉਹਨੂੰ ਅਹਿਸਾਸ ਹੁੰਦਾ ਗਲਤੀ ਦਾ ਆਪਣੀ ਜਾਂ ਕਿ ਗਲਤੀ ਕੀਤੀ ਹੈ ਪਰ ਹਾਂ ਮੈਂ ਇਮੋਸ਼ਨਲ ਬਹੁਤ ਹਾਂ ਮਤਲਬ ਮੈਨੂੰ ਚੀਜ਼ਾਂ ਇਮੋਸ਼ਨਲੀ ਫੀਲ ਕਰਦਾ ਜੀ ਸਹੀ ਹੈ ਸਹੀ ਹੈ ਅਤੇ ਭਾਅ ਜੀ ਮੈਨੂੰ ਹੁਣ ਇਹ ਦੱਸੋ ਕਿ ਰੀਅਲ ਦੇ ਵਿੱਚ ਹਾਈ ਐਂਡ ਯਾਰ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕੌਣ ਹੈ ਪਰ ਇੱਕ ਵਾਰੀ ਤੁਹਾਡੇ ਕੋਲੋਂ ਵੀ ਸਾਰੇ ਸੁਣ ਜਿਨ੍ਹਾਂ ਨੂੰ ਨਹੀਂ ਪਤਾ ਹਾਂਜੀ ਮੇਰੇ ਨਾਲ ਜਿਨ੍ਹਾਂ ਨੂੰ ਪਤਾ ਬੱਬਲ ਰਾਏ ਮੇਰੇ ਨਾਲ ਹਮੇਸ਼ਾ ਅਸੀਂ ਇਕੱਠੇ ਪਰਫੋਰਮ ਕਰਦੇ ਹਾਂ ਪਿਛਲੇ 6 ਸਾਲਾਂ ਤੋਂ ਅਸੀਂ ਇਕੱਠੇ ਹਾਂ ਅਤੇ ਬਾਬਾ ਜੀ ਦੀ ਮੇਰੇ ਨਾਲ ਬੱਬਲ ਹੋ ਗਿਆ ਪ੍ਰਭ ਹੋ ਗਿਆ ਇਹਨਾਂ ਨਾਲ ਮੇਰੀ ਥੋੜ੍ਹੀ ਜ਼ਿਆਦਾ ਬਣਦੀ ਹੈ ਕਿਉਂਕਿ ਸਾਡੀ ਫੈਮਿਲੀਜ਼ ਦੀ ਆਪਸ ਦੇ ਵਿੱਚ ਸਾਡੀ ਆਪਣੀ ਅੰਡਰਸਟੈਂਡਿੰਗ ਟਿਊਨਿੰਗ ਸਭ ਸਾਡੇ ਆਪਸ ਦੇ ਵਿੱਚ ਇਹਨਾਂ ਦਾ ਵਧੀਆ ਜੀ ਅਤੇ ਬਬਲ ਭਾਈ ਦਾ ਫਿਰ ਤੁਹਾਨੂੰ ਫੋਨ ਫਾਨ ਆਉਂਦਾ ਰਹਿੰਦਾ ਨਾਲ ਨਾਲ ਸਪੋਰਟ ਕਰਦੇ ਰਹਿੰਦੇ ਨੇ ਕਿ ਹਾਂ ਵੀ ਸਹੀ ਹੈ ਸੈੱਟ ਹੈ ਹਾਂ ਇਕੱਠੀ ਅਸੀਂ ਸ਼ੋਅ ਸਾਡੇ ਆਲਮੋਸਟ ਇਕੱਠੀ ਹੁੰਦੇ ਜਿਸ ਤਰ੍ਹਾਂ ਤੁਸੀਂ ਸ਼ੂਟ ਤੇ ਹੁੰਨੇ ਹੋ ਹਾਂਜੀ ਪੁੱਛਦਾ ਰਹਿੰਦਾ ਉਹ ਵੀ ਕਿਵੇਂ ਚੱਲਦਾ ਹਾਂਜੀ ਉਹ ਕਿਤੇ ਸ਼ੋਅਸ ਤੇ ਹੁੰਨੇ ਹਾਂਜੀ ਪੁੱਛਦਾ ਰਹਿੰਦਾ ਉਹ ਗੱਲਬਾਤ ਚੱਲਦੀ ਰਹਿੰਦੀ ਹਾਂਜੀ 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 ਭਾਈ ਮੈਂ ਵੀ ਇੱਕ ਨਾ ਹੁਣ ਨਵੀਂ ਨਵੀਂ ਸਹੇਲੀ ਬਣਾਈ ਆ ਅੱਛਾ ਤੇ ਮੈਂ ਉਹਦੇ ਨਾਲ ਦਿਲ ਲਾਵਾਂ ਕਿ ਦਾ ਲਾਵਾਂ ਉਹ ਕੀ ਕਿਹਾ ਤੂੰ ਕੀ ਕਿਹਾ ਕੀ ਕਿਹਾ ਤੂੰ ਪਹਿਲਾਂ ਵੀਰੇ ਨਾ ਚਾਹ ਲਾ ਲਾ ਜਿਹੜੇ ਲਾਉਣੇ ਆ ਪਹਿਲੇ ਇਹ ਕੀ ਪੁੱਛਿਆ ਭਾਈ ਕੀ ਕਹਿੰਦਾ ਦਿਲ ਲਾਵਾ ਜਾਂ ਦਾਲ ਤੂੰ ਪੁੱਤਰ ਚਾਹ ਵੀ ਨਾ ਲਾ ਤੂੰ ਕਿਤੇ ਚੌਂਕ 'ਚ ਚਾਹ ਲਾ ਨਾਲ ਮੱਠੀਆਂ ਲਾ ਛੋਟੀਆਂ ਆਪਣੇ ਸਾਈਜ਼ ਜਿਹੜੀਆਂ ਉਹ ਤੂੰ ਕਿਹੜੇ 'ਚ ਕਦੇ ਤੂੰ ਸਿੰਗਰ ਬਣਨਾ ਕਦੇ ਤੂੰ ਐਕਟਰ ਬਣਨਾ ਤੂੰ ਬੰਦਾ ਬਣਨਾ ਕਿ ਨਹੀਂ ਬਣਨਾ ਹੈ ਕੁਛ ਤਾਂ ਬਣੀ ਹੈ ਜੀ ਨਹੀਂ ਨਹੀਂ ਪੁੱਤਰ ਉਹ ਕੁਛ ਬਣਨਾ ਤੈਨੂੰ ਨਹੀਂ ਪਤਾ ਕੁਛ ਤੂੰ ਬਣਿਆ ਇਹ ਤੈਨੂੰ ਨਹੀਂ ਪਤਾ ਅੰਦਰੋਂ ਸਾਰੇ ਕੋਲ ਸਾਰੇ ਜਦ ਤੂੰ ਆਮ ਨਿਕਲਦਾ ਨਾ ਸਾਰੇ ਕਹਿੰਦੇ ਉਹ ਕੁਛ ਜਾਣ ਡਿਆ ਹੀ ਓਏ ਇਹ ਐਸਾ ਬੰਦਾ ਭਾਜੀ ਮਤਲਬ ਇਹਨੂੰ ਮੈਂ ਇੱਕ ਵਾਰੀ ਮੇਲਾ ਦਿਖਾਉਣ ਲੈ ਗਿਆ ਗੋਲ ਝੂਟਾ ਨਹੀਂ ਹੁੰਦਾ ਵਾਲਾ ਚੰਡੋਲ ਸਭ ਤੋਂ ਉੱਪਰ ਜਾ ਕੇ ਕਹਿੰਦਾ ਯਾਰ ਥੱਲੇ ਤੇ ਸਾਰੇ ਮੇਰੇ ਵਰਗੇ ਇਹ ਕੀ ਗੱਲ ਉਹ ਬੇਟਾ ਜਦੋਂ ਥੱਲੇ ਆਉਂਦੇ ਸਾਰੇ ਤੇਰੇ ਤੋਂ ਉੱਪਰ ਵੀ ਚੱਲ ਜਾਂਦੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਅੱਛਾ ਮੇਰੀ ਗੱਲ ਸੁਣ ਹੁਣ ਤੂੰ ਮੈਨੂੰ ਬੋਲਣਾ ਮੈਂ ਭਾਈ ਨਾਲ ਗੱਲ ਕਰਨੀ ਜਿਹੜੀ ਗੱਲ ਕਰਨੀ ਇੱਕ ਵਾਰੀ ਕਰ ਲੈ ਨਹੀਂ ਤੁਸੀਂ ਗੱਲ ਹੋਈ ਨਹੀਂ ਪਹਿਲਾਂ ਮੈਨੂੰ ਉਹ ਸੀਰੀਜ਼ ਮੁੱਛਾਂ ਦਾੜੀ ਹਾਂਜੀ ਹਾਂਜੀ ਪਰਮੇਸ਼ ਵਰਮਾ ਤੇ ਅੰਮ੍ਰਿਤ ਮਾਨ ਜਾਂ ਇਹ ਉਦੋਂ ਆਇਆ ਦੇਸੀ ਦਾ ਡਰਮ ਆਇਆ ਸੀ ਅੰਮ੍ਰਿਤ ਵਾਜੀ ਦਾ ਹਾਂ ਬਸ ਉਦੋਂ ਤੋਂ ਹੀ ਰੱਖ ਲਈਆਂ ਜੀ ਉਦੋਂ ਰੱਖ ਲਈਆਂ ਮੈਨੂੰ ਐਂ ਲੱਗਦਾ ਪੁੱਤਰ ਉਹ ਡਰਮ 'ਚੋਂ ਤੂੰ ਨਿਕਲੇ ਉਹ ਮਤਲਬ ਇੱਦਾਂ ਥੋੜ੍ਹੀ ਹੁੰਦਾ ਇੱਕ ਤੇਰਾ ਆਪਣਾ ਸਟਾਈਲ ਹੋਣਾ ਚਾਹੀਦਾ ਸਾਨੂੰ ਤੈਨੂੰ ਸਾਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਠੀਕ ਹੈ ਤੂੰ ਫੋਲੋ ਕੀਤਾ ਅੰਮ੍ਰਿਤ ਭਾਈ ਨੂੰ ਬਹੁਤ ਅੱਛੀ ਗੱਲ ਹੈ ਪਰ ਤੂੰ ਆਪਣੇ ਵੱਲ ਦੇਖ ਤਾਂ ਸਹੀ ਤੂੰ ਸਿਰਫ ਦਾੜੀ ਦਾੜੀ ਫੋਲੋ ਕਰੀ ਕੱਦ ਕਿੰਨੇ ਫੋਲੋ ਕਰ ਰਹੀ ਕੱਦ ਹੁਣ ਪਰਮਾਤਮਾ ਨਹੀਂ ਦਿੱਤਾ ਕੀ ਕਰ ਸਕਦੇ ਇਹ ਪਰਮਾਤਮਾ ਦਾ ਨਹੀਂ ਸਾਰਾ ਕੰਮ ਹੁੰਦਾ ਮੈਨੂੰ ਲੱਗਦਾ ਤੇਰੀ ਵਾਰੀ ਤੇ ਵੀ ਰੱਬਾ ਤੂੰ ਸੁੱਤਾ ਰਹਿ ਗਿਆ ਸੁੱਤਾ ਰਹਿ ਗਿਆ ਤੂੰ ਅੱਛਾ ਹੁਣ ਮੈਨੂੰ ਜਿਹੜਾ ਭਾਈ ਨਾਲ ਗੱਲ ਕਰ ਰਹੇ ਨੇ ਫਿਰ ਮੈਂ ਤੇਰੇ ਨਾਲ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਕਰਾਂਗਾ ਅੱਛਾ ਭਾਈ ਅਸੀਂ ਭਾਈ ਦਾ ਗਾਣਾ ਸੁਣ ਰਹੇ ਸੀਗੇ ਮੈਂ ਤੁਹਾਡੇ ਵਿੱਚ ਇੱਕ ਐਕਸਪ੍ਰੈਸ਼ਨ ਦੇਖ ਰਿਹਾ ਸੀਗਾ ਇੱਕ ਉਹ ਫੀਲ ਵਾਲੀ ਜਿਹੜੀ ਇਮੋਸ਼ਨ ਵਾਲੀ ਗੱਲ ਸੀ ਗੱਲ ਕੀਤੀ ਹੈ ਇੱਕ ਮੇਰੇ ਦਿਮਾਗ 'ਚ ਉੱਦਾਂ ਬੈਠੇ ਬੈਠੇ ਗੱਲ ਆਈ ਹੈ ਇੱਕ ਵੈਸੇ ਪੁੱਛਣਾ ਚਾਹੁੰਦਾ ਮੈਨੂੰ ਐਂ ਲੱਗਦਾ ਭਾਈ ਕਿ ਇੱਕ ਨੈਗੇਟਿਵ ਕਰੈਕਟਰ ਵੀ ਹੁੰਦੇ ਆ ਨਾ ਜਿਸ ਤਰ੍ਹਾਂ ਫਿਲਮਾਂ ਦੇ ਵਿੱਚ ਵਿਲਨ ਕਰੈਕਟਰ ਮੈਨੂੰ ਐਦਾਂ ਕੋਈ ਲੱਗਦਾ ਭਾਈ ਕਿ ਤੁਸੀਂ ਉਹ ਵੀ ਕਰੈਕਟਰ ਬਹੁਤ ਕਮਾਲ ਕਰੋਗੇ
ਜੇ ਤੁਹਾਨੂੰ ਕਦੇ ਅੱਗੇ ਕੋਈ ਇਸ ਤਰ੍ਹਾਂ ਦਾ ਹੈ ਤੁਸੀਂ ਕੋਈ ਪੱਕਾ ਤਾਂ ਨਹੀਂ ਕੀਤਾ ਕਿ ਮੈਂ ਹੀਰੋ ਬਣਨਾ ਜੇ ਕਦੇ ਮੌਕਾ ਮਿਲਿਆ ਜ਼ਰੂਰ ਕਰਾਂਗੇ ਭਾਈ ਸੱਚੀ ਤੁਸੀਂ ਬਹੁਤ ਸੋਹਣਾ ਕਰੋਗੇ ਕਿਉਂਕਿ ਜਿੰਨੇ ਕਿਰਦਾਰ ਹੋਣ ਤੱਕ ਮੈਂ ਤੁਹਾਡੇ ਅਲੱਗ ਅਲੱਗ ਫਿਲਮਾਂ ਦੇ ਵਿੱਚ ਦੇਖਿਆ ਜੋ ਤੁਸੀਂ ਨਿਭਾਇਆ ਚੰਨੋ ਕਮਲੀ ਦੇ ਵਿੱਚ ਮਿਸਟਰ ਐਂਡ ਮਿਸਿਸ 420 ਰਿਟਰਨ ਦੇ ਵਿੱਚ ਹੁਣ ਹਾਈ ਐਂਡ ਯਾਰੀਆ ਦੇ ਵਿੱਚ ਐਵਰੀ ਕਰੈਕਟਰ ਇਜ਼ ਡਿਫਰੈਂਟ ਰਾਈਟ ਅਤੇ ਉਹਦੇ ਵਿੱਚ ਮੈਂ ਇਹ ਤਾਂ ਹੀ ਕਹਿੰਦਾ ਸੀ ਭਾਜੀ ਹੁਣ ਇੱਕ ਵਿਲਨ ਵਾਲਾ ਰਹਿ ਗਿਆ ਜਿੱਦਾਂ ਇਸ ਫਿਲਮ ਦੇ ਵਿੱਚ ਸਾਰੇ ਹੈਰਾਨ ਹੋ ਗਏ ਜਦੋਂ ਗੁਰਨਾਮ ਭਾਈ ਦੀ ਐਂਟਰੀ ਹੁੰਦੀ ਜੀ ਹੈਨਾ ਅਤੇ ਔਰ ਉਹਨਾਂ ਦਾ ਜਿਹੜਾ ਐਟੀਟਿਊਡ ਉਹ ਇੱਕ ਉੱਥੋਂ ਇੱਕ ਜਿਹੜਾ ਸਸਪੈਂਸ ਹੈ ਨਾ ਉਹ ਹੁਣ ਸਾਨੂੰ ਇਹ ਹੈ ਕਿ ਹੁਣ ਅੱਗੇ ਕੀ ਹੋਣਾ ਕੀ ਹੋਣਾ ਸੀ ਕਿ ਸਾਡੇ ਜੱਸੀ ਭਾਈ ਨੂੰ ਕਿਉਂ ਉਹਨਾਂ ਟੇਬਲ ਤੇ ਬਿਠਾਇਆ ਆਪਣਾ ਰੱਖਿਆ ਸੀ 2 ਮਿੰਟ ਲਈ ਕਿ ਉੱਥੇ ਕੀ ਗੱਲ ਹੋਈ ਹੈ ਸੋ ਇਹ ਸਸਪੈਂਸ ਮੈਨੂੰ ਲੱਗਦਾ 2 ਫੈਬ ਨੂੰ ਖੁੱਲਣਾ ਸਾਡਾ ਭਾਈ ਨੂੰ ਖੁੱਲਣਾ ਜੀ ਲਓ ਜੀ ਫਿਰ ਤੁਸੀਂ ਤਿਆਰ ਰਹਿਣਾ ਫਿਲਮ ਜ਼ਰੂਰ ਦੇਖਣੀ ਹੈ ਅਤੇ ਭਾਈ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਸ਼ੂਟਿੰਗ ਦੇ ਉੱਤੇ ਸੈੱਟ ਦੇ ਉੱਤੇ ਤੁਸੀਂ ਹੁੰਦੇ ਹੋ ਤੇ ਉਸ ਕਿਉਂਕਿ ਸਾਰੇ ਆਰਟਿਸਟ ਉੱਥੇ ਇਕੱਠੇ ਹੁੰਦੇ ਆ ਬਿਹਾਈਂਡ ਦਾ ਸੀਨ ਫਿਰ ਕਿੰਨੀ ਕੁ ਮਹਿਫਲ ਚੱਲਦੀ ਹੈ ਬਹੁਤ ਜ਼ਿਆਦਾ ਜਿਵੇਂ ਤੁਸੀਂ ਆਪ ਦੱਸਿਆ ਕਿ ਤਾਰਾ ਮੀਰਾ ਕਹਿ ਰਹੇ ਤੁਸੀਂ ਕਿਹੜੀ ਫਿਲਮ ਦੀ ਸ਼ੂਟ ਕਰ ਰਹੇ ਬਾਵੇ ਨਾਲ ਤਾਰਾ ਮੀਰਾ ਜੀ 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 ਤਾਰਾ ਮੀਰਾ ਸ਼ੂਟ ਤੇ ਜੋ ਤੁਸੀਂ ਜੀ 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 ਜੋ ਬਾਬਾ ਸਾਹਿਬ ਜਦ ਹੁੰਦੇ ਜਿੱਥੇ ਉੱਥੇ ਤਾਂ ਭਾਈ ਸਿਰਫ ਸ਼ਾਰਟ ਤੇ ਅਸੀਂ ਉਸ ਤੋਂ ਬਾਅਦ ਤੇ ਫਿਰ ਇਸ ਫਿਲਮ ਦੇ ਕਈ ਵਾਰ ਸ਼ਾਰਟ ਤੇ ਬਾਬਾ ਜੀ ਹੱਸ ਪੈਂਦੇ ਸੀਗੇ ਮਤਲਬ ਇੰਨਾ ਕੁ ਜ਼ਿਆਦਾ ਹੋਇਆ ਕਿ ਉਹ ਕੰਟਰੋਲ ਕਰੋ ਮੇਰੇ ਸਾਹਮਣੇ ਜਾਂਦੇ ਉੱਥੇ ਵੀ ਹੋਇਆ 2 ਦਿਨ ਵਾਰੀ ਤੇ ਰੀਟੇਕਣਾ ਤੇ ਚੱਕਰ ਚੱਲ ਮੈਂ ਇਹਨਾਂ ਨੂੰ ਦੇਖ ਰਿਹਾ ਮਾਹੌਲ ਬਣਿਆ ਰਹਿੰਦਾ ਜੀ ਉਹ ਬਹੁਤ ਚੰਗਾ ਜ਼ਰੂਰੀ ਹੁੰਦਾ ਮਾਹੌਲ ਬਣਿਆ ਰਹਿੰਦਾ ਬਾਕੀ ਭਾਜੀ ਸਾਡੇ ਵੱਲੋਂ ਜਸ ਪੰਜਾਬੀ ਚੈਨਲ ਵੱਲੋਂ ਡੇਲੀ ਡੋਜ਼ ਵੱਲੋਂ ਤੁਹਾਨੂੰ ਨਿੰਜਾ ਭਾਜੀ ਨੂੰ ਬਾਵਾ ਜੀ ਨੂੰ ਔਰ ਪੂਰੀ ਸਮੁੱਚੀ ਟੀਮ ਹਾਈ ਐਂਡ ਯਾਰੀਆਂ ਨੂੰ ਸਾਡੇ ਵੱਲੋਂ ਬੈਸਟ ਵਿਸ਼ਿਸ ਹੈ ਤੁਸੀਂ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ 2 ਫੈਬ ਨੂੰ ਸਾਡੀ ਫਿਲਮ ਹਾਈ ਐਂਡ ਯਾਰੀਆਂ ਰਿਲੀਜ਼ ਹੋ ਰਹੀ ਆ ਤੁਸੀਂ ਸਾਰੇ ਜਣੇ ਦੇਖ ਕੇ ਆਇਓ ਅਤੇ ਜਿਹਨਾਂ ਨੇ ਟ੍ਰੇਲਰ ਦੇਖ ਲਿਆ ਤਾਂ ਠੀਕ ਹੈ ਜਿਹਨਾਂ ਨੇ ਨਹੀਂ ਦੇਖਿਆ ਉਹ ਟ੍ਰੇਲਰ ਦੇਖ ਕੇ ਆਪਣਾ ਮਨ ਬਣਾਓ ਅਤੇ ਫਿਲਮ ਦੇਖ ਕੇ ਆਓ ਕਿਉਂਕਿ ਫਿਲਮ ਬਹੁਤ ਸੋਹਣੀ ਆ ਤੁਹਾਨੂੰ ਚੰਗੀ ਲੱਗੂਗੀ ਦੇਖ ਕੇ ਤੁਹਾਡੇ ਤੁਸੀਂ ਇੰਜੋਏ ਕਰੋਗੇ ਆਪਣੀ ਫੈਮਿਲੀ ਨਾਲ ਜਾਇਓ ਕਿਆ ਬਾਤ ਹੈ ਜੀ ਔਰ ਪੰਕਜ ਭਾਜੀ ਨੂੰ ਵੀ ਇੱਕ ਵਾਰੀ ਫਿਰ ਢੇਰ ਸਾਰੀਆਂ ਮੁਬਾਰਕਾਂ ਕਿਉਂਕਿ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਮਾਸਟਰਪੀਸ ਲੈ ਕੇ ਆ ਰਹੇ ਨੇ ਔਰ ਇਸ ਮਾਸਟਰਪੀਸ ਨੂੰ ਇੱਕ ਮਤਲਬ ਪਰਮਾ ਹੁੰਗਾਰਾ ਜਿਹੜਾ ਚਾਹੀਦਾ ਉਹ ਹਮੇਸ਼ਾ ਸਾਡੇ ਆਡੀਅੰਸ ਦਾ ਚਾਹੀਦਾ ਹੁੰਦਾ ਕਿਉਂਕਿ ਤੁਹਾਡੇ ਪਿਆਰ ਦੇ ਸਦਕਾ ਹੀ ਇੱਕ ਆਰਟਿਸਟ ਨੂੰ ਉਹਦੀ ਮੰਜ਼ਿਲ ਜਾਂ ਉਹ ਕਹਿ ਸਕਦੇ ਹਾਂ ਕਿ ਜਿਹੜੀ ਚੀਜ਼ ਉਹਨਾਂ ਨੇ ਜਿਸ ਏਮ ਦੇ ਕਰਕੇ ਬਣਾਈ ਹੈ ਉਹ ਤੁਹਾਡੇ ਤੱਕ ਉਹ ਜਦੋਂ ਪਹੁੰਚ ਜਾਏਗੀ ਤਾਂ ਉਹਦੇ ਲਈ ਉਹੀ ਸਭ ਤੋਂ ਵੱਡੀ ਸਕਸੈਸ ਹੁੰਦੀ ਹੈ ਸੋ ਜਾਂਦੇ ਜਾਂਦੇ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਉਹ ਫਿਲਮ ਆ ਰਹੀ ਹੈ ਹਾਈ ਐਂਡ ਯਾਰੀਆਂ ਤੁਸੀਂ ਦੇਖਣ ਦੀਆਂ ਕਰ ਲੋ ਤਿਆਰੀਆਂ ਵਾਹ ਜੀ ਵਾਹ ਸਹੀ ਹੈ ਬਾਜੀ ਸਹੀ ਹੈ ਉਹ ਫਿਲਮ ਆ ਰਹੀ ਹੈ ਹਾਈ ਐਂਡ ਯਾਰੀਆਂ ਤੁਸੀਂ ਦੇਖਣ ਦੀਆਂ ਕਰ ਲੋ ਤਿਆਰੀਆਂ ਫਿਰ ਸਾਰੀਆਂ ਉੱਥੇ ਜਿਹੜੀਆਂ ਸਵਾਰੀਆਂ ਸੀਟਾਂ ਭਾਰੀਆਂ ਤੇ ਤੁਸੀਂ ਟਾਈਮ ਨਾਲ ਜਾ ਕੇ ਦੇਖਣੀ ਹੈ ਹਾਈ ਐਂਡ ਯਾਰੀਆਂ ਲੋ ਜੀ ਹੁਣ ਤੁਹਾਡੇ ਤੋਂ ਲੈਣੇ ਇਜਾਜ਼ਤ ਥੈਂਕ ਯੂ ਸੋ ਮਚ ਬਾਜੀ ਅਗੇਨ ਤੁਸੀਂ ਸਾਡੇ ਕੋਲ ਟਾਈਮ ਕੱਢ ਕੇ ਆਏ ਤੇ ਬਹੁਤ ਬਹੁਤ ਸ਼ੁਕਰੀਆ ਤੇ ਜਾਂਦੇ ਜਾਂਦੇ ਮੈਨੂੰ ਪਤਾ ਤੁਹਾਡੀ ਗੱਡੀ ਬਾਹਰ ਲੱਗੀ ਹੈ ਜਾਂਦੇ ਕੱਪੜਾ ਮਰਵਾ ਲਓ ਭਾਜੀ ਇਹਦੇ ਤੋਂ ਬਹੁਤ ਸੋਹਣਾ ਸਾਫ ਕਰਦਾ ਥੈਂਕ ਯੂ ਸੋ ਮਚ ਤੇ ਤੁਸੀਂ ਦੇਖਦੇ ਰਹਿਣਾ ਇਹ ਸ਼ੋਅ ਜਿਹਦਾ ਨਾਮ ਹੈ ਡੇਲੀ ਡੋਜ਼ ਸਤਿ ਸ਼੍ਰੀ ਅਕਾਲ ਥੈਂਕ ਯੂ ਬਾਈ ਥੈਂਕ ਯੂ ਸੋ ਮਚ